ਜਸ ਕਲਪਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਪਫੁਲੀ ਤੁਸੀਂ ਸਾਰੇ ਯੂ ਨੋ ਚੰਗੇ ਹੋ ਹੈਲਦੀ ਹੋ ਜਿੱਥੇ ਬੈਠੇ ਹੋ ਫੈਕਟਸ ਨੂੰ ਫੋਲੋ ਕਰ ਰਹੇ ਹੋ ਐਂਡ ਬੈਟਰ ਹੈ ਕਿ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਸਪੈਸ਼ਲੀ ਮੈਂ ਗੱਲ ਕਰ ਰਹੀ ਹਾਂ ਕੋਰੋਨਾ ਵਾਇਰਸ ਦੇ ਬਾਰੇ ਜਿਹੜੀ ਕਿ ਆਫਕੋਰਸ ਵਰਲਡ ਵਿੱਚ ਬਟ ਸਾਡੀ ਕੰਟਰੀ ਦੇ ਵਿੱਚ ਵੀ ਕਾਫੀ ਉਹਦਾ ਫੀਅਰ ਪੈਨਿਕ ਫੈਲਿਆ ਹੋਇਆ ਸੋ ਫੋਲੋ ਫੈਕਟਸ ਐਂਡ ਟੇਕ ਦ ਬੈਸਟ ਜਜਮੈਂਟ ਕੌਸ਼ੀਅਸ ਹੋਣਾ ਬਹੁਤ ਅੱਛੀ ਗੱਲ ਹੈ ਬਟ ਕੋਈ ਵੀ ਐਸਾ ਚੀਜ਼ ਕਿ ਹਾਂ ਵਟਸਐਪ ਮੈਸੇਜਿਸ ਜਾਂ ਕੋਈ ਐਸੀ ਚੀਜ਼ ਦੇ ਵਿੱਚ ਪਲੀਜ਼ ਡੂ ਨੋਟ ਬੀ ਅ ਲਿੰਕ ਯੂ ਨੋ ਚੇਨ ਨਾ ਬਣੋ ਜਿਹਦੇ 'ਚ ਤੁਸੀਂ ਅਫਵਾਹਾਂ ਫੈਲਾਓ ਸੋ ਸਟੋਪ ਇਟ ਦੇਅਰ ਅਗਰ ਤੁਹਾਨੂੰ ਕੋਈ ਆਉਂਦੀ ਹੈ ਤਾਂ ਸਟੋਪ ਇਟ ਦੇਅਰ ਫੈਕਟਸ ਨਾਲ ਗੱਲ ਯੂ ਨੋ ਥੋੜ੍ਹਾ ਸੈਨਿਟੀ ਮੇਨਟੇਨ ਕਰਕੇ ਰੱਖੀ ਆਈ ਐਮ ਸ਼ੋਰ ਇਹ ਪੀਰੀਅਡ ਨਿਕਲ ਜਾਏਗਾ ਔਰ ਕੌਨਸ਼ੀਅਸ ਹੋਣ ਦੀ ਲੋੜ ਹੈ ਆਫਕੋਰਸ ਅੰਡਰ ਕੰਟਰੋਲ ਹੋ ਜਾਏਗਾ ਸਾਰਾ ਕੁਛ ਬਟ ਉਹੀ ਕਿ ਆਪਣੇ ਵੱਡਿਆਂ ਵਾਸਤੇ ਸਾਡਾ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਵੀ ਹੈਲਦੀ ਰੱਖੀਏ ਡੈਫੀਨੇਟਲੀ ਯੂ ਨੋ ਯੰਗਰ ਐਂਡ ਹੈਲਦੀ ਬੰਦੇ ਜਿਹੜੇ ਆ ਉਹਨਾਂ ਨੂੰ ਸ਼ਾਇਦ ਇੰਨਾ ਖਤਰਾ ਨਹੀਂ ਪਰ ਇਮਿਊਨੋ ਕੰਪਰੋਮਾਈਜ਼ਡ ਜਾਂ ਫਿਰ ਓਲਡਰ ਜਨਰੇਸ਼ਨ ਜਿਹੜੀ ਕਿ ਕੁਛ ਨਾ ਕੁਛ ਮੈਡੀਕਲ ਇਸ਼ੂਜ਼ ਜਿਨ੍ਹਾਂ ਦੇ ਹੈਗੇ ਹੈ ਉਹਨਾਂ ਨੂੰ ਬਚਾਉਣ ਵਾਸਤੇ ਇਹ ਵੀ ਜ਼ਰੂਰੀ ਹੈ ਕਿ ਖੁਦ ਨੂੰ ਬਚਾ ਕੇ ਰੱਖੀਏ ਸੋ ਡੈਫੀਨੇਟਲੀ ਫੋਲੋ ਦਾ ਫੈਕਟਸ ਐਂਡ ਡੋਂਟ ਮੈਨੂੰ ਲੱਗਦਾ ਕਿ ਇੱਕ ਬੜੀ ਇੱਕ ਐਂਗਜ਼ਾਇਟੀ ਇੱਕ ਨਰਵਸਨੈਸ ਜਿਹੜੀ ਫੈਲੀ ਹੋਈ ਹੈ ਉਹਦੇ ਵਾਸਤੇ ਬੜਾ ਜ਼ਰੂਰੀ ਹੈ ਕਿ ਬਹੁਤ ਜ਼ਿਆਦਾ ਨਿਊਜ਼ ਔਰ ਹਰ ਵਰਲਡ ਦੀ ਸਾਰੀ ਨਿਊਜ਼ ਬਾਰ ਬਾਰ ਨਾ ਦੇਖੋ ਬਿਲਕੁਲ ਥੋੜ੍ਹਾ ਆਪਣੇ ਲੋਕਲ ਏਰੀਆ 'ਚ ਬਿਲਕੁਲ ਬਹੁਤ ਜ਼ਰੂਰੀ ਹੈ ਕਿ ਤੁਸੀਂ ਅਵੇਅਰ ਹੋਵੋ ਕੀ ਹੋ ਰਿਹਾ ਹੈ ਕੀ ਹੋਣਾ ਚਾਹੀਦਾ ਐਂਡ ਬੇਸਿਕ ਹਾਈਜੀਨ ਟਿਪਸ ਜਿਹੜੀਆਂ ਉਹਨੂੰ ਰਿਲੀਜੀਅਸਲੀ ਫੋਲੋ ਕਰੋ ਉਹਨੂੰ ਬਹੁਤ ਜ਼ਰੂਰੀ ਹੈ ਕਿ ਇਹ ਜ਼ਰੂਰ ਕਰੋ ਬਾਕੀ ਯੂ ਨੋ ਇਟਸ ਬੈਸਟ ਟਾਈਮ ਜਸਟ ਸੋਸ਼ਲ ਡਿਸਟੈਂਸਿੰਗ ਐਂਡ ਸਾਡੇ ਗੱਲਬਾਤ ਦੇ ਗੱਲ ਦੇ ਵਿੱਚ ਤਾਂ ਵੈਸੇ ਹੀ ਸੋਸ਼ਲੀ ਵੀ ਆਰ ਸਿਟਿੰਗ ਅਵੇ ਫਰੋਮ ਈਚ ਅਦਰ ਬਟ ਟੋਕਿੰਗ ਕਿ ਹਾਂ ਉਹ ਗੱਲਾਂ ਕਰ ਰਹੇ ਹਾਂ ਜਿਹੜੀਆਂ ਕਿ ਸਾਡੀਆਂ ਫੇਵਰੇਟ ਹੈ ਆਪਸ ਵਿੱਚ ਸਲਾਹ ਲੈ ਰਹੇ ਹਾਂ ਸੋ ਇਹੋ ਜਿਹੀਆਂ ਗੱਲਾਂ ਜ਼ਰੂਰ ਹੋਰ ਜ਼ਿਆਦਾ ਕਰੋ ਸੋ ਕਮਿੰਗ ਬੈਕ ਟੂ ਟੂਡੇਜ਼ ਯੂ ਨੋ ਜੋ ਸਾਡੇ ਕੋਲ ਕੇਸ ਆਇਆ ਇੱਕ ਯੰਗ ਮਦਰ ਇਟ ਵੈਰੀ ਯੰਗ ਗਰਲ ਉਹਨੇ ਸਾਨੂੰ ਕੰਟੈਕਟ ਕੀਤਾ ਔਰ ਕੁਛ ਦੇਰ ਤੋਂ ਗੱਲ ਚੱਲ ਰਹੀ ਸੀ ਉਹਨਾਂ ਨਾਲ ਬੜੀ ਕਲੀਅਰਲੀ ਉਹਨੇ ਇਹ ਲਿਖਿਆ ਕਿ ਜਿੱਥੇ ਸਾਰਾ ਵਰਲਡ ਬਹੁਤ ਖੂਬਸੂਰਤੀ ਫੇਅਰਨੈਸ ਯੂ ਨੋ ਗੋਰੇ ਹੋਣ ਦੇ ਪਿੱਛੇ ਸੋਹਣੇ ਹੋਣ ਦੇ ਪਿੱਛੇ ਓਬਸੈਸਡ ਹੈ ਮਤਲਬ ਇੰਨਾ ਸਪੈਸ਼ਲੀ ਸਾਡੀ ਜਿਹੜੀ ਕਮਿਊਨਿਟੀ ਹੈ ਔਰ ਸਾਰੇ ਹੀ ਐਕਚੁਲੀ ਵਾਏ ਆਪਣੀ ਕਮਿਊਨਿਟੀ ਪਰ ਇੰਡੀਅਨਸ ਅਸੀਂ ਇੰਨੀ ਫੇਅਰਨੈਸ ਔਰ ਸੋਹਣੇ ਨੂੰ ਇੰਨਾ ਜ਼ਿਆਦਾ ਅਸੀਂ ਮੰਨਤਾ ਦਿੰਦੇ ਹਾਂ ਬਟ ਸ਼ੀ ਸੇਜ਼ ਕਿ ਰੱਬੋਂ ਮੈਂ ਆਪਣੀ ਫੈਮਿਲੀ ਦੇ ਵਿੱਚ ਇਹ ਨਹੀਂ ਕਹਿ ਸਕਦੀ ਕਿ ਮੈਂ ਸਭ ਤੋਂ ਸੋਹਣੀ ਹਾਂ ਬਟ ਰੰਗ ਬਹੁਤ ਗੋਰਾ ਹੈ ਥੋੜ੍ਹੀਆਂ ਬਿੱਲੀਆਂ ਅੱਖਾਂ ਹੈ ਬਹੁਤ ਸੋਹਣੇ ਸਾਰੇ ਮੈਨੂੰ ਇਹੀ ਦੱਸਦੇ ਨੇ ਕਿ ਬਹੁਤ ਸੋਹਣੀ ਹੈ ਸੋ ਪਰ ਮੇਰੇ ਪੇਰੈਂਟਸ ਮੇਰੀ ਯੂ ਨੋ ਹੋਰ ਜਿਹੜੀ ਸਿਸਟਰ ਹੈ ਹੋਰ ਵੀ ਕਜ਼ਨਸ ਵਗੈਰਾ ਬਿਲਕੁਲ ਇੰਡੀਅਨ ਕੰਪਲੈਕਸ਼ਨ ਥੋੜ੍ਹੇ ਡਾਰਕਰ ਔਰ ਕੋਈ ਯੂ ਨੋ ਬਰਾਊਨ ਟਿਪੀਕਲ ਹੈਗੇ ਹੈ ਬਟ ਸਮ ਹਾਓ ਮੇਰੀ ਮਦਰ ਕਹਿੰਦੇ ਰਹਿੰਦੇ ਹੈ ਕਿ ਮੇਰੀ ਮਦਰ ਉਹਨਾਂ ਦੀ ਮਦਰ ਬਹੁਤ ਗੋਰੇ ਸੀਗੇ ਐਂਡ ਆਲ ਦੈਟ ਬਟ ਮੈਨੂੰ ਇਹ ਹੀ ਪਤਾ ਹੈ ਕਿ ਮੈਂ ਬਚਪਨ ਤੋਂ ਜੋ ਇਸ ਗੋਰੇ ਰੰਗ ਕਰਕੇ ਮੈਨੂੰ ਪੇਸ਼ ਮਤਲਬ ਮੈਨੂੰ ਜੋ ਫੇਸ ਕਰਨਾ ਪਿਆ ਉਹ ਕਾਫੀ ਮੁਸ਼ਕਿਲ ਹੀ ਸੀ ਕੋਈ ਇਹ ਨਹੀਂ ਸੀ ਕਿ ਹਾਂ ਮੈਂ ਕੋਈ ਪ੍ਰਿਵਲੇਜ ਨਾ ਮੈਨੂੰ ਇਹ ਲੱਗਦਾ ਸੀ ਸਾਰੇ ਮੈਨੂੰ ਕਈ ਵਾਰੀ ਇਸ ਤਰ੍ਹਾਂ ਦੇ ਕਮੈਂਟਸ ਹਾਲੇ ਤੱਕ ਵੀ ਯਾਦ ਹੈ ਹੁਣ ਉਹ ਆਲਮੋਸਟ 30 ਈਅਰਸ ਓਲਡ ਹੈ ਔਰ ਜੋ ਮੈਂ ਦੱਸਦੀ ਹਾਂ ਉਹਨਾਂ ਨੇ ਕੀ ਸਾਰਾ ਕੁਛ ਸ਼ੀ ਹੈਡ ਟੂ ਗੋ ਥਰੂ ਸੋ ਮੱਚ ਸੋ ਸ਼ੀ ਸੇਜ਼ ਮੈਂ ਬਚਪਨ ਤੋਂ ਵੀ ਇਹ ਯਾਦ ਕਰਦੀ ਹਾਂ ਕਿ ਕਦੀ ਕੋਈ ਇਕੱਠੇ ਦੇਖਦਾ ਸੀ ਅਤੇ ਕਹਿੰਦਾ ਸੀ ਹਾਏ ਇਹ ਇੰਨੀ ਸੋਹਣੀ ਹੈ ਅਤੇ ਇਹਨੂੰ ਕੀ ਹੋਇਆ ਕਿਉਂਕਿ ਕੋਈ ਇਹ ਤਾਂ ਕਹਿੰਦਾ ਨਹੀਂ ਸੀ ਕਿ ਇਹ ਤਾਂ ਤੁਹਾਡੀ ਕੁੜੀ ਨਹੀਂ ਲੱਗਦੀ ਯੂ ਨੋ ਇੱਥੇ ਤੱਕ ਵੀ ਕਹਿ ਜਾਂਦੇ ਸੀ ਕਈ ਪਰ ਐਟਲੀਸਟ ਜਿਹੜੀਆਂ ਸਿਸਟਰਸ ਅਸੀਂ ਦੋਨੋਂ ਇਕੱਠੀਆਂ ਹੁੰਦੀਆਂ ਸੀ ਉਹ 2-2.5 ਸਾਲ ਛੋਟੀ ਹੈ ਦੂਸਰੀ ਸੋ ਉਹਦੇ ਸਾਹਮਣੇ ਕੋਈ ਕਹਿਣਗੇ ਕਿ ਲੈ ਇਹ ਇੰਨੀ ਸੋਹਣੀ ਹੈ ਅਤੇ ਇਹਨੂੰ ਕੀ ਹੋਇਆ ਥੋੜ੍ਹਾ ਜਿਹਾ ਤਾਂ ਰੱਬ ਉਹਨੂੰ ਵੀ ਦੇ ਦਿੰਦਾ ਰੰਗ ਸੋ ਮਤਲਬ ਬੜੀ ਔਰ ਮੈਨੂੰ ਬੜਾ ਲੱਗਦਾ ਸੀ ਕਿ ਹਾਏ ਉਹਨੂੰ ਕਿਵੇਂ ਲੱਗ ਰਿਹਾ ਹੋਏਗਾ ਬਟ ਮੈਂ ਵੀ ਛੋਟੀ ਸੀ ਸੋ ਮੈਂ ਥੋੜ੍ਹਾ ਇੰਜੋਏ ਵੀ ਕਰਦੀ ਹੋਵਾਂਗੀ ਕਿ ਹਾਂ ਚੱਲ ਰਿਹਾ ਅਤੇ ਮੈਨੂੰ ਕੀ ਯੂ ਨੋ ਕੀ ਕਰ ਵੀ ਸਕਦੀ ਸੀ ਬਟ ਮੈਨੂੰ ਲੱਗਦਾ ਕਿ ਉਹਨੇ ਇੰਨਾ ਜ਼ਿਆਦਾ ਉਸ ਚੀਜ਼ ਦਾ ਰਿਜੈਂਟਮੈਂਟ ਹੈਗਾ ਉਹਦੇ ਮਨ 'ਚ ਕਿ ਕੁੜੀ ਜਿਹੜੀ ਮੇਰੀ ਸਿਸਟਰ ਹੈ ਉਹਨੇ ਬੜਾ ਡਿਸਟੈਂਸ ਕ੍ਰੀਏਟ ਕਰ ਲਿਆ ਮੇਰੇ ਨਾਲ
ਔਰ ਇੱਕ ਰਿਲੇਸ਼ਨਸ਼ਿਪ ਕਦੀ ਵੀ ਜਿਹੜਾ ਕਿ ਮੈਂ ਸੁਣਿਆ ਹੋਇਆ ਕਿ ਭੈਣਾਂ ਦਾ ਇੰਨਾ ਸੋਹਣਾ ਰਿਲੇਸ਼ਨਸ਼ਿਪ ਹੁੰਦਾ ਉਹ ਨਹੀਂ ਬਣ ਸਕਿਆ। ਹਮੇਸ਼ਾ ਇੱਕ ਉਹਨੂੰ ਲੱਗਦਾ ਸੀ ਕਿ ਮੈਨੂੰ ਪ੍ਰੈਫਰੈਂਸ ਮਿਲਦੀ ਹੈ ਜਾਂ ਮੈਂ ਦੁਨੀਆ ਵੱਲੋਂ ਵੀ ਕੋਈ ਮਿਲਦਾ ਸੀ ਰਿਸ਼ਤੇਦਾਰਾਂ 'ਚੋਂ ਸਟ੍ਰੇਂਜਰਸ 'ਚੋਂ। ਸੋ ਇੱਕ ਜਿਹੜੀ ਪ੍ਰੈਫਰੈਂਸ ਬੋਲ ਜਾਂਦੇ ਸੀ ਲੋਕ ਉਹਦੇ ਕਰਕੇ ਇੱਕ ਸੁਸਾਇਟੀ ਦਾ ਉਹ ਕਹਿੰਦੀ ਹੈ ਕਿ ਅਸਰ ਹੈ ਕਿੰਨੀ ਓਬਸੈਸ਼ਨ ਹੈ ਫੇਅਰ ਰੰਗ 'ਤੇ ਕਿ ਮੇਰੀ ਭੈਣ ਅਤੇ ਮੇਰੇ ਦੇ ਵਿੱਚ ਦੂਰੀਆਂ ਬਣਾ ਦਿੱਤੀਆਂ। ਸੋ ਉਹਦੇ ਇਲਾਵਾ ਹੁਣ ਵੀ ਬੇਸਿਕਲੀ ਅੱਜ ਵੀ ਉਹਨਾਂ ਦਾ ਕੁਐਸਚਨ ਇਹੀ ਹੈ ਕਿ ਪਲੀਜ਼ ਮੈਨੂੰ ਦੱਸੋ ਮੈਂ ਆਪਣੀ ਭੈਣ ਨਾਲ ਰਿਸ਼ਤਾ ਬੈਠਕ ਕਿਵੇਂ ਕਰਾਂ, ਕਿਉਂਕਿ ਹੁਣ ਮੈਨੂੰ ਐਜ਼ ਅ ਐਲਡਰ ਸਿਸਟਰ ਉਹਦਾ ਫਿਕਰ ਹੈ। ਉਹ ਖਾਲੀ ਮੇਰੇ ਨਾਲ ਰਿਜੈਂਟਮੈਂਟ ਜਿਹੜੀ ਹੈ ਉਹ ਬਿਟਰਨੈਸ ਦੇ ਵਿੱਚ ਕਨਵਰਟ ਹੋਈ ਹੋਈ ਹੈ, ਔਰ ਉਹ ਇੰਝ ਲੱਗਦਾ ਜਿਵੇਂ ਕਿਸੇ ਨਾਲ ਵੀ ਹਰ ਵੇਲੇ ਗੁੱਸੇ ਰਹਿੰਦੀ ਹੈ, ਲੜਦੀ ਹੈ, ਗੁੱਸੇ ਹੁੰਦੀ ਹੈ। ਇੱਕ ਪੋਲਾਈਟਨੈਸ, ਇੱਕ ਸਵੀਟਨੈਸ ਨਹੀਂ ਹੈ। ਸੋ ਨਾਲ ਹੀ ਆਪਣੀ ਗੱਲ ਜਿਹੜੀ ਸ਼ੇਅਰ ਕਰ ਰਹੇ ਹਾਂ ਕਿ ਉਹ ਕਹਿੰਦੇ ਨੇ ਕਿ ਉਹਨੂੰ ਲੱਗਦਾ ਮੈਂ ਪ੍ਰਿਵਲੇਜਡ ਹਾਂ, ਪਰ ਉਹਨੂੰ ਇਹ ਨਹੀਂ ਦਿਖਦਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੁਛ ਦੇਖਿਆ। ਕਹਿੰਦੇ ਨੇ ਕਿ ਇੱਥੇ ਅਸੀਂ 9 ਸਾਲ ਦੇ ਸੀਗੇ, ਇਹ ਸੀਗੇ ਜਦੋਂ ਉਹ ਇੱਥੇ ਆ ਗਏ, ਐਂਡ ਇੱਥੇ ਵੀ ਕੋਈ ਬਿਲਕੁਲ ਬੜੇ ਟਿਪੀਕਲ ਉਸ ਏਰੀਏ 'ਚ ਪੇਰੈਂਟਸ ਰਹੇ ਜਿੱਥੇ ਕਾਫੀ ਬੰਦੇ ਇੰਡੀਅਨ ਸੀਗੇ, ਆਪਣੀ ਬਰਾਦਰੀ ਦੇ ਸੀਗੇ। ਸੋ ਸੇਮ ਤਰ੍ਹਾਂ ਦਾ ਕਮੈਂਟ, ਸੇਮ ਤਰ੍ਹਾਂ ਦਾ ਸਭ ਕੁਛ ਇੱਥੇ ਵੀ ਉਹੀ ਮਿਲਿਆ। ਬਟ ਇਹ ਜ਼ਰੂਰ ਹੈ ਕਿ ਮੇਰੀ ਸਿਸਟਰ ਨੂੰ ਸ਼ਾਇਦ ਬੁਲੀ ਹੋਈ ਉਹ ਸਕੂਲਾਂ ਦੇ ਵਿੱਚ, ਅਤੇ ਮੈਨੂੰ ਨਹੀਂ ਹੋਈ ਉਹ। ਮੈਂ ਮਤਲਬ ਮੈਨੂੰ ਪ੍ਰੈਫਰੈਂਸ ਮਿਲਦੀ ਸੀ, ਮੈਨੂੰ ਕੋਈ ਇਹ ਨਹੀਂ ਕਹਿੰਦਾ ਸੀ ਕਿ ਹਾਂ ਇਹ ਕੀ ਹੈ, ਇੰਡੀਅਨ ਹੈ ਜਾਂ ਕੁਛ ਹੈ। ਸੋ ਉਹਦੇ 'ਚ ਮੈਂ ਸਮਝਦੀ ਹਾਂ ਕਿ ਮੇਰੀ ਸਿਸਟਰ ਵਾਸਤੇ ਉਹ ਡਬਲ ਹੋ ਗਿਆ ਕਿ ਘਰੋਂ ਵੀ ਰਿਜੈਂਟਮੈਂਟ ਮਿਲ ਰਹੀ ਹੈ ਔਰ ਸਕੂਲ ਦੇ ਵਿੱਚ ਵੀ ਇਸ ਤਰ੍ਹਾਂ ਦਾ। ਬਾਕੀ ਕਹਿੰਦੇ ਨੇ ਕਿ 19 ਈਅਰ ਓਲਡ ਸੀਗੀ ਜਦੋਂ ਕਿ ਫਾਦਰ ਨੂੰ ਬੜਾ ਉਹ ਲੱਗ ਗਿਆ ਕਿ ਇੰਨੀ ਸੋਹਣੀ ਹੈ ਅਤੇ ਇਹ ਨਾ ਗਲਤ ਨਾ ਚਲੀ ਜਾਏ। ਸੋ ਮੈਂ ਹਾਲੇ ਮਸਾਂ ਹੀ ਪੜ੍ਹਾਈ ਕਰ ਰਹੀ ਸੀ ਔਰ ਸ਼ੌਂਕ ਵੀ ਸੀ ਪੜ੍ਹਾਈ ਦਾ ਸਭ ਕੁਛ, ਪਰ ਮੈਨੂੰ ਕਿ ਹੋ ਹੀ ਨਹੀਂ ਸਕਦਾ। ਬਿਲਕੁਲ 14-15 ਸਾਲਾਂ ਤੋਂ ਹੀ ਨਾ ਬਾਰ ਬਾਰ ਇਹ ਮੈਸੇਜ ਘਰ ਜ਼ਰੂਰ ਮਿਲਦਾ ਸੀ ਕਿ ਬਸ ਇਹ ਤਾਂ 19 ਦੀ ਹੋਏ ਮੈਂ ਵਿਆਹ ਦੇਣਾ, ਮੁੰਡਾ ਲੱਭ ਕੇ ਵਿਆਹ ਦੇਣਾ। ਫਾਈਨਲੀ 19 ਸਾਲ ਦੇ ਉਹਦੇ 'ਤੇ ਉਹਨਾਂ ਨੇ ਕਾਫੀ ਰਸ਼ ਰਸ਼ ਦੇ ਵਿੱਚ ਇੱਕ ਮੁੰਡਾ ਲੱਗਿਆ ਕਿ ਬਹੁਤ ਅੱਛਾ ਹੈ, ਫੈਮਲੀ ਬਹੁਤ ਅੱਛੀ ਹੈ। ਐਂਡ 26 ਸਾਲਾਂ ਦਾ ਸੀਗਾ, ਮੈਨੂੰ ਉਸ ਵੇਲੇ ਬੜਾ ਫੀਲ ਹੁੰਦਾ ਸੀ ਕਿ ਮੇਰੇ ਤੋਂ ਬੜਾ ਵੱਡਾ ਹੈ, ਬਟ ਮੇਰਾ ਵਿਆਹ ਕਰਤਾ। ਉਹ ਕੁਛ ਬਾਅਦ ਵਿੱਚ ਇਮੀਡੀਏਟਲੀ ਪਤਾ ਲੱਗਿਆ ਕਿ ਸਗੋਂ ਉਹ ਜਿਹੜੇ ਵਿਚੋਲੇ ਸੀ ਉਹਨਾਂ ਨਾਲ ਵੀ ਨਹੀਂ ਰਹੀ, ਕਿਉਂਕਿ ਪੇਰੈਂਟਸ ਨੇ ਬੜਾ ਰਿਗਰੈਟ ਕੀਤਾ ਇੱਕ ਰਸ਼ਟ ਇਹ ਵਾਲਾ ਵਿਆਹ ਡਿਸਾਈਡ ਕਰਕੇ, ਕਿਉਂਕਿ ਉਹ ਜਿਹੜਾ ਮੁੰਡਾ ਸੀ ਕੁਛ ਮੈਂਟਲ ਇਸ਼ੂ ਸੀ ਜਾਂ ਕੀ ਸੀਗੇ ਕਿ ਉਹ ਇੱਕਦਮ ਉਹਨੂੰ ਪੂਰ ਪੈਂਦਾ ਸੀ, ਜਿਵੇਂ ਮਤਲਬ ਬਹੁਤ ਗੁੱਸਾ ਆ ਜਾਂਦਾ ਸੀ ਔਰ ਉਹ ਫਿਰ ਮੈਨੂੰ ਬਹੁਤ ਕੁੱਟਦਾ ਸੀ। ਸੋ ਵਿਦ ਇਨ ਐਨ ਈਅਰ ਮੈਂ ਸ਼ੁਕਰ ਹੈ ਕਿ ਮੈਂ ਦੱਸ ਸਕੀ ਔਰ ਬੇਸਿਕਲੀ ਮੈਨੂੰ ਬਲੈਕ ਐਂਡ ਬਲੂ ਦੇਖਿਆ ਮੇਰੇ ਪੇਰੈਂਟਸ ਨੇ ਕਿ ਕੁੱਟ ਕੇ ਜਦੋਂ ਨਿਸ਼ਾਨ ਪਏ ਹੋਏ ਹੈ, ਬਿਕੋਜ਼ ਮੇਰੀ ਸਕਿਨ ਵੀ ਐਸੀ ਹੈ ਕਿ ਇੱਕਦਮ ਦਿਖਦਾ ਹੈ। ਅਤੇ ਗੱਲ ਬਾਹਰ ਆ ਗਈ ਔਰ ਫਿਰ ਮੇਰੇ ਫਾਦਰ ਮੈਨੂੰ ਵਾਪਸ ਲਿਆਏ ਔਰ ਡਿਵੋਰਸ ਹੋ ਗਿਆ। ਕਹਿੰਦੇ ਨੇ ਉਸ ਤੋਂ ਬਾਅਦ ਕਾਫੀ ਰਿਗਰੈਟਫੁੱਲ ਸੀਗੇ ਫਾਦਰ ਕਿ ਮੈਂ ਇਸ ਬੱਚੀ ਦੇ ਨਾਲ ਕੀ ਕੀਤਾ, ਅਤੇ ਬੜੇ ਦੇ ਵਰ ਵੈਰੀ ਨਾਈਸ ਟੂ ਮੀ। ਮੈਂ ਆਪਣਾ ਪੜ੍ਹਾਈ ਪੂਰੀ ਕੀਤੀ, ਜੋਬ ਕਰਨ ਲੱਗ ਗਈ, ਠੀਕ ਚੱਲ ਰਿਹਾ ਸੀ। ਫਿਰ ਮੈਂ ਜੋਬ ਦੇ ਉੱਤੇ ਕਿਸੇ ਨੂੰ ਮਿਲੀ ਜਿਹੜਾ ਕਿ ਮੈਨੂੰ ਬਹੁਤ ਲੱਗਿਆ ਕਿ ਬਹੁਤ ਮੈਚਿਓਰ ਥਿੰਕਰ ਹੈ, ਔਰ ਮੈਨੂੰ ਪੇਰੈਂਟਸ ਵੱਲੋਂ ਇਹ ਜ਼ਰੂਰ ਹੋ ਰਿਹਾ ਸੀ ਕਿ ਉਹ ਤਾਂ ਇੱਕ ਬੈਡ ਡ੍ਰੀਮ ਵਾਕਣ ਖਤਮ ਹੋ ਜਾਣੀ ਚਾਹੀਦੀ ਗੱਲ, ਇਹਦਾ ਪਹਿਲੇ ਵਿਆਹ ਕਰੀਏ ਤਾਂ ਹੀ ਦੂਸਰੀ ਦਾ ਹੋਏਗਾ, ਕਿਉਂਕਿ ਬੜੀ ਕਲੀਅਰਲੀ ਕੋਈ ਝੱਕ ਕੇ ਨਹੀਂ ਕਹਿੰਦੇ ਸੀ, ਉਹਦੇ ਸਾਹਮਣੇ ਹੀ ਕਹਿੰਦੇ ਸੀ ਕਿ ਇੰਨੀ ਸੋਹਣੀ ਹੈ ਜੇ ਇਹ ਬੈਠੀ ਹੋਈ ਤਾਂ ਦੂਜੀ ਦਾ ਤਾਂ ਹੋਣਾ ਹੀ ਨਹੀਂ। ਸੋ ਮੈਂ ਬਿਲਕੁਲ ਇੰਝ ਹੀ ਕਿ ਠੀਕ ਹੈ, ਮਤਲਬ ਉਹ ਵੀ ਦੇਖ ਰਹੇ ਸੀ, ਮੈਂ ਸੀਗਾ ਕਿ ਹਾਂ ਰੈਡੀ ਹਾਂ, ਮੈਂ ਕਰ ਲਾਂਗੀ ਵਿਆਹ ਜਿੱਥੇ ਤੁਸੀਂ ਕਹੋਗੇ। ਦੇ ਅਫਕੋਰਸ ਮੈਨੂੰ ਇਹ ਵਿਸ਼ਵਾਸ ਸੀ ਕਿ ਇਸ ਵਾਰੀ ਉਹ ਬਹੁਤ ਦੇਖ ਕੇ ਸਭ ਕੁਛ ਕਰਨਗੇ। ਫਿਰ ਮੈਨੂੰ ਖੁਦ ਇੱਕ ਐਸਾ ਮੁੰਡਾ ਮਿਲਿਆ ਜਿਹੜਾ ਕਿ ਬਹੁਤ ਮੈਚਿਓਰ ਲੱਗਦਾ ਸੀ, ਗੱਲਬਾਤ ਬੜੀ ਅੱਛੀ ਤਰ੍ਹਾਂ ਕਰਦਾ ਸੀ, ਅੱਛੀ ਨੌਕਰੀ ਕਰ ਰਿਹਾ ਸੀ। ਸੋ ਆਪਸ ਵਿੱਚ ਗੱਲ ਹੋਈ, ਪੇਰੈਂਟਸ ਨੇ ਗੱਲ ਹੋਈ, ਸਾਰਾ ਦੇਖ ਦਿਖਾ ਕੇ ਕੋਈ ਲੱਗਿਆ ਕਿ ਸਾਰਾ ਕੁਝ ਪਰਫੈਕਟ ਹੈ, ਐਵਰੀਥਿੰਗ ਇਜ਼ ਗੁੱਡ, ਅਤੇ ਵਿਆਹ ਹੋ ਗਿਆ। ਕਹਿੰਦੇ ਜਿਸ ਤਰ੍ਹਾਂ ਹੀ ਵਿਆਹ ਹੋਇਆ ਉਸ ਤੋਂ ਬਾਅਦ ਇਹ ਲੱਗਿਆ ਕਿ ਹੀ ਵਾਜ਼ ਸੋ ਸਸਪੀਸ਼ੀਅਸ ਹਰ ਵੇਲੇ, ਔਰ ਉਹ ਵੀ ਮੈਨੂੰ ਲੱਗਦਾ ਹੈ ਕਿਉਂਕਿ ਉਹ ਸੋਚਦਾ ਸੀ ਕਿ ਮੈਂ ਸੋਹਣੀ ਬਣੀ ਹਾਂ ਕਿ ਇਹ ਕਿਸੇ ਹੋਰ ਨਾਲ ਚਲੀ ਜਾਏਗੀ, ਇਹ ਇਹਦਾ ਕੋਈ ਹੋਰ ਬੋਏਫ੍ਰੈਂਡ ਬਣ ਜਾਏਗਾ ਜਾਂ ਇਹਨੂੰ ਮੈਨੂੰ ਪਤਾ ਨਹੀਂ ਪਸੰਦ, ਮਤਲਬ ਇੱਕ ਤਰ੍ਹਾਂ ਨਾਲ ਹੀਨ ਭਾਵਨਾ ਕੰਪੇਅਰਡ ਟੂ ਕਿ ਹਾਂਜੀ ਇਹ ਬਹੁਤ ਦੇਖਣ ਨੂੰ ਸੋਹਣੀ ਹੈ, ਉਹ ਵਿੱਚ ਆ ਗਈ ਅਤੇ ਉਹ ਬਹੁਤ ਬੁਰਾ ਬਿਹੇਵ ਕਰਨ ਲੱਗ ਗਿਆ, ਮਤਲਬ ਕਿਤੇ ਬਾਹਰ ਨਹੀਂ ਜਾਣਾ, ਜੋਬ ਛੁਡਾਤੀ, ਕੁਛ ਮਹੀਨਿਆਂ ਦੇ ਵਿੱਚ ਹੀ ਇਹ ਹੋ ਰਿਹਾ ਸੀ। ਸੋ ਇਹ
ਇਸ ਪੀਰੀਅਡ ਦੇ ਵਿੱਚ 2 ਸਾਲ ਉਹਨਾਂ ਨਾਲ ਵਿਆਹੇ ਰਹੇ, ਫਿਰ ਉਹਨਾਂ ਦਾ ਬੱਚਾ ਵੀ ਹੈਗਾ, ਅਤੇ ਹੁਣ ਨਾਓ ਸ਼ੀ ਇਜ਼ ਅ ਸਿੰਗਲ ਮੋਮ ਐਂਡ ਕਹਿੰਦੇ ਨੇ ਕਿ ਓਬਵੀਅਸਲੀ ਮੈਂ ਬਹੁਤ ਆਪਣੇ ਪੇਰੈਂਟਸ 'ਤੇ ਡਿਪੈਂਡੈਂਟ ਹਾਂ ਕਿਉਂਕਿ ਮੇਰਾ ਬੱਚਾ ਬਹੁਤ ਛੋਟਾ ਔਰ ਮੈਂ ਜੋਬ ਕਰਦੀ ਹਾਂ। ਸਿਸਟਰ ਦਾ ਇਸ ਵੇਲੇ ਬੇਸਿਕ ਕੰਸਰਨ ਕਹਿੰਦੇ ਮੇਰੇ ਪੇਰੈਂਟਸ ਵੀ ਕਾਫੀ ਕਿ ਡੈਸਟਨੀ ਹੁੰਦੀ ਹੈ ਪਰ ਉਹ ਆਪਣੇ ਆਪ 'ਤੇ ਬੜਾ ਲੈਂਦੇ ਹੈ ਕਿ ਉਹ ਮੇਰੇ ਵਾਸਤੇ ਇੱਕ ਅੱਛੀ ਜ਼ਿੰਦਗੀ ਨਹੀਂ ਪਲਾਨ ਕਰ ਸਕੇ। ਪਰ ਮੇਰੀ ਸਿਸਟਰ ਇਸ ਵਾਲੇ ਬਹੁਤ ਰਿਜੈਂਟਫੁੱਲ ਹੈ, ਇੰਝ ਲੱਗਦਾ ਜਿਵੇਂ ਉਹਨੂੰ ਲੱਗਦਾ ਕਿ ਸਾਰਾ ਫੋਕਸ ਹਮੇਸ਼ਾ ਪੇਰੈਂਟਸ ਦਾ ਵੀ ਸਭ ਦਾ ਮੇਰੇ 'ਤੇ ਹੀ ਰਿਹਾ, ਭਾਵੇਂ ਮੈਂ ਆਈ ਵੈਂਟ ਥਰੂ ਹੈਲਥ, ਬਟ ਮੇਰਾ ਦਿਲ ਕਰਦਾ ਕਿ ਮੈਂ ਕਿਸੇ ਤਰ੍ਹਾਂ ਉਹਦੇ ਨਾਲ ਰਿਸ਼ਤਾ ਬੈਟਰ ਕਰਾਂ ਤਾਂ ਕਿ ਉਹ ਆਪਣੀ ਜ਼ਿੰਦਗੀ ਨਾ ਖਰਾਬ ਕਰੇ। ਉਹ ਇਸ ਵੇਲੇ 28 ਸਾਲ ਦੀ ਹੋਣ ਲੱਗੀ ਹੈ ਐਂਡ ਮੇਰੇ ਪੇਰੈਂਟਸ ਕਾਫੀ ਦੇਰ ਤੋਂ ਚਾਹੁੰਦੇ ਹਾਂ ਕਿ ਉਹ ਕੋਈ ਮੁੰਡਾ ਪਸੰਦ ਕਰ ਲਿਓ, ਜਦੋਂ ਨਾਲ ਵੀ ਮਿਲਾਉਂਦੇ ਹਾਂ, ਡੇਟ ਕਰਦੇ ਹਾਂ, ਕੁਛ ਕਰਦੀ ਹੈ, ਉਸ ਤੋਂ ਬਾਅਦ ਜਲਦੀ ਹੀ ਉਹ ਟੁੱਟ ਜਾਂਦਾ ਹੈ। ਸੋ ਮਤਲਬ ਗੱਲ ਅੱਗੇ ਨਹੀਂ ਚੱਲਦੀ, ਬਟ ਮੈਨੂੰ ਲੱਗਦਾ ਕਿਉਂਕਿ ਉਹ ਇੰਨੀ ਬਿੱਟਰ ਹੈ ਮੇਰੇ ਅਗੇਂਸਟ, ਹਰ ਵੇਲੇ ਲੜ ਰਹੀ ਹੁੰਦੀ ਹੈ ਮੇਰੇ ਨਾਲ, ਅਸੀਂ ਇਕੱਠੇ ਨਹੀਂ ਰਹਿੰਦੇ, ਮੈਂ ਅਲੱਗ ਰਹਿੰਦੀ ਹਾਂ ਹੁਣ, ਪਰ ਮੈਂ ਆਪਣੇ ਬੱਚੇ ਨੂੰ ਛੋੜ ਕੇ ਜਾਂਦੀ ਹਾਂ ਪੇਰੈਂਟ ਕੋਲ। ਫਿਰ ਵੀ ਮਤਲਬ ਜਦੋਂ ਮਿਲੋ, ਜਦੋਂ ਕੁਛ ਹੋਏ, ਇਹੀ ਲੱਗਦਾ ਹੈ ਕਿ ਸ਼ੀ ਇਜ਼ ਸੋ ਮੈਡ ਐਟ ਮੀ, ਮੈਂ ਕਿਸ ਤਰ੍ਹਾਂ ਬੈਟਰ ਕਰ ਸਕਦੀ ਹਾਂ, ਪਲੀਜ਼ ਮੈਨੂੰ ਦੱਸੋ ਕਿ ਮੈਂ ਆਪਣੀ ਸਿਸਟਰ ਨਾਲ ਰਿਲੇਸ਼ਨਸ਼ਿਪ ਕਿਵੇਂ ਬੈਟਰ ਕਰ ਸਕਦੀ ਹਾਂ, ਕਿਉਂਕਿ ਮੈਂ ਚਾਹੁੰਦੀ ਹਾਂ ਕਿ ਉਹ ਇੱਕ ਅੱਛੀ ਜਗ੍ਹਾ ਸੈਟਲ ਹੋ ਜਾਏ, ਵਿਆਹ ਕਰਾਏ, ਔਰ ਮੇਰੇ ਕਰਕੇ ਕਿ ਬਈ ਉਹ ਜੋ ਬਚਪਨ ਤੋਂ ਉਹਨੇ ਸੁਣਦੇ ਆਈ ਹੈ ਕਿ ਮੈਂ ਸੋਹਣੀ ਨਹੀਂ ਹਾਂ, ਜਦਕਿ ਉਹ ਸ਼ੀ ਇਜ਼ ਰੀਅਲੀ ਨਾਈਸ ਲੁਕਿੰਗ, ਔਰ ਪਰ ਮੇਰੇ ਨਾਲ ਖੜ੍ਹੇ ਹੋ ਕੇ ਉਹ ਆਪਣੇ ਆਪ ਨੂੰ ਕੰਪੇਅਰ ਕਰਦੀ ਹੈ, ਔਰ ਗਲਤ ਵੀ ਨਹੀਂ ਹੈ ਕਿਉਂਕਿ ਸਾਰੀ ਦੁਨੀਆ ਨੇ ਉਹ ਫੋਰਸ ਕੀਤਾ ਉਹਨੂੰ ਕਿ ਉਹ ਇੰਝ ਕਰੇ। ਸੋ ਪਲੀਜ਼ ਮੈਨੂੰ ਦੱਸੋ ਕਿ ਮੈਂ ਕੀ ਕਰ ਸਕਦੀ ਹਾਂ ਜਿਹਦੇ ਨਾਲ ਮੈਂ ਇਸ ਭੈਣ ਦੇ ਨਾਲ ਅੱਛਾ ਰਿਸ਼ਤਾ ਰਿਪੇਅਰ ਕਰ ਸਕਾਂ, ਮਤਲਬ ਯੂ ਨੋ ਬੈਟਰ ਕਰ ਸਕਾਂ। ਆਈ ਨੋ ਇਟਸ ਲਿਟਲ ਕੋਂਪਲੀਕੇਟਡ, ਪਰ ਆਈ ਡੋਂਟ ਥਿੰਕ ਕਿ ਯੂਨੀਕ ਸਟੋਰੀ ਹੈ, ਬੜੀ ਸਾਰੇ ਫੈਮਿਲੀਜ਼ ਵਿੱਚ ਦੇਖੀ ਹੈ। ਮੈਨੂੰ ਇਹਨਾਂ ਨਾਲ ਗੱਲ ਕਰਦੇ ਕਰਦੇ ਬੜੀਆਂ ਸਾਰੀਆਂ ਗੱਲਾਂ ਯਾਦ ਆਈਆਂ ਜੋ ਮੈਂ ਆਪਣੇ ਫਰੈਂਡਸ ਨਾਲ, ਜਾਣਨ ਵਾਲਿਆਂ ਨਾਲ ਦੇਖੀਆਂ। ਕਈ ਪੇਰੈਂਟਸ ਇੰਝ ਬੋਲ ਜਾਂਦੇ ਆ ਜਿਹੜੇ ਕਿ ਹਰਟਫੁੱਲ ਹੋ ਸਕਦਾ ਇੱਕ ਸਿਬਲਿੰਗ ਵਾਸਤੇ, ਔਰ ਕਈ ਸਿਸਟਰਸ ਜਿਹੜੀਆਂ ਕਿ ਯੂ ਨੋ ਕਿਸੇ ਰੀਜ਼ਨ ਕਰਕੇ ਹਰ ਵੇਲੇ ਕੰਪੇਅਰ ਕੀਤੀਆਂ ਜਾਂਦੀਆਂ, ਭਾਵੇਂ ਇੰਡੀਵਿਜੁਅਲੀ ਇੱਕ ਸਿਸਟਰ ਬੜੀ ਸੋਹਣੀ ਹੋਏ ਪਰ ਜਸਟ ਬਿਕੋਜ਼ ਕਿ ਉਹ ਦੂਜੀ ਸਿਸਟਰ ਤੋਂ ਕਿਸ ਤਰ੍ਹਾਂ ਹੈਗਾ, ਉਹ ਸਾਰੀ ਦੁਨੀਆ ਉਹਨੂੰ ਨਾ ਗੇਜ ਕਰਦੀ ਰਹਿੰਦੀ ਹੈ, ਲਾਈਕ ਕੰਪੇਅਰ ਕਰਦੀ ਰਹਿੰਦੀ ਹੈ। ਸੋ ਕੰਪੈਰੀਜ਼ਨ ਡੈਫੀਨੇਟਲੀ ਇਜ਼ ਇਨਸਲਟਿੰਗ ਟੂ ਵਨ ਆਲਵੇਜ਼। ਸੋ ਇਸ ਪਿੱਛੇ ਕੀ ਅਸਰ ਹੁੰਦਾ ਬੱਚਿਆਂ 'ਤੇ, ਪਰਸਪੈਕਟਿਵ ਮਤਲਬ ਉਹਨਾਂ ਦੀ ਪਰਸੈਪਸ਼ਨ ਕੀ ਹੁੰਦੀ ਹੈ, ਕੀ ਨਜ਼ਰੀਆ ਰਹਿੰਦਾ, ਇਹ ਬੜੀ ਮੁਸ਼ਕਿਲ ਹੈ ਗੱਲ ਕਹਿਣੀ। ਪਰ ਇਸ ਗੱਲ 'ਤੇ, ਇਸ ਕੇਸ 'ਤੇ ਡੈਫੀਨੇਟਲੀ ਲੱਗ ਰਿਹਾ ਕਿ ਇਹ ਕੁੜੀ ਨੇ ਉਹਨੂੰ ਦਿਲ ਨਾਲ ਲਾਈ ਹੋਈ ਹੈ, ਔਰ ਇਹਦੇ ਨਾ ਕਸੂਰ ਹੋਣ ਕਰ ਦੇ ਬਾਵਜੂਦ ਇਹ ਜਿਹੜੀ ਦੂਰੀ ਹੈ ਉਹਨੇ ਮੇਨਟੇਨ ਕੀਤੀ ਹੋਈ ਹੈ, ਰੱਖੀ ਹੋਈ ਹੈ। ਸੋ ਜ਼ਰੂਰ ਦੱਸੋ ਕੁਛ ਵੀ ਇਹਦੇ ਨੇੜੇ ਤੇੜੇ ਤੁਹਾਨੂੰ ਧਿਆਨ ਆਉਂਦਾ ਹੈ, ਕਾਲ ਕਰੋ 7187865222 ਦੇ ਉੱਤੇ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਵੈਲਕਮ ਬੈਕ, ਸਾਰਿਆਂ ਦਾ ਸਵਾਗਤ ਹੈ। ਲੈਟਸ ਟਾਕ ਟੂ ਦਿਸ ਗਰਲ ਜਿਹੜੀ ਯੂ ਨੋ ਓਵਰਆਲ ਮੈਨੂੰ ਲੱਗਦਾ ਹੈ ਕਿ ਇੱਕ ਸੁਸਾਇਟੀ ਵੱਲੋਂ ਬਾਵਜੂਦ ਕਿ ਰੱਬ ਨੇ ਬੜੀ ਸੋਹਣੀ ਸ਼ਕਲ ਦਿੱਤੀ, ਇੱਕ ਯੂ ਨੋ ਪੋਜ਼ਿਟਿਵ ਚੀਜ਼ ਹੈ ਜਿਹਦੇ ਨਾਲ ਸ਼ੀ ਵਾਜ਼ ਬੋਰਨ, ਬਟ ਸੁਸਾਇਟੀ ਨੇ ਉਹਨੂੰ ਕਹਿ ਕਹਿ ਕੇ, ਨੋਟ ਓਨਲੀ ਉਹਨੂੰ ਬਟ ਉਹਦੇ ਇਰਦ ਗਿਰਦ ਜੋ ਵੀ ਹੋ ਰਿਹਾ ਸੀ ਉਹ ਬੈਰੀਅਰ ਬਣਾਤਾ, ਉਹ ਇੱਕ ਮੁਸ਼ਕਿਲ ਖੜੀ ਕਰਤੀ, ਸੋਹਣਾ ਹੋਣਾ ਵੀ ਇੱਕ ਤਰ੍ਹਾਂ ਨਾਲ ਦੁਸ਼ਮਣ ਬਣ ਗਿਆ ਉਹਦਾ। ਸੋ ਡੈਫੀਨੇਟਲੀ ਸ਼ੀ ਇਜ਼ ਸੇਇੰਗ ਕਿ ਪੇਰੈਂਟਸ ਬਹੁਤ ਰਿਪੈਂਟ ਕਰਦੇ ਨੇ, ਪਛਤਾਉਂਦੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੇ ਜ਼ਬਰਦਸਤੀ ਪਹਿਲੀ ਵਾਰੀ ਜਿਹੜੀ ਗਲਤੀ ਕੀਤੀ ਕਿ 19 ਸਾਲ ਦੀ ਉਮਰ 'ਚ ਕਰਤੀ, ਫਿਰ ਉਹ ਅੱਗੇ ਅੱਗੇ ਹਾਲੇ ਵੀ ਮੁਸ਼ਕਿਲ ਹੈ, ਕਹਿੰਦੇ ਮੈਂ ਕਹਿੰਦੀ ਰਹਿੰਦੀ ਹਾਂ ਕਿ ਡੈਸਟਨੀ ਹੈ। ਬਟ ਤੁਸੀਂ ਸਾਰੇ ਇਹਨਾਂ ਨੂੰ ਕੀ ਕਹਿੰਦੇ ਹੋ, ਖਾਸ ਤੌਰ 'ਤੇ ਹੁਣ ਉਹ ਆਪਣੀ ਭੈਣ ਦੇ ਨਾਲ ਇੱਕ ਅੱਛਾ ਰਿਸ਼ਤਾ ਬਣਾਉਣਾ ਚਾਹੁੰਦੀ ਹੈ, ਉਹਦੇ ਵਾਸਤੇ ਮਦਦ ਮੰਗ ਰਹੀ ਹੈ। ਸੋ ਡੈਫੀਨੇਟਲੀ ਜ਼ਰੂਰ ਕਾਲ ਕਰੋ, ਮੈਂ ਇਹਨਾਂ ਨੂੰ ਪੁੱਛਦੀ ਹਾਂ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜਸਪ੍ਰੀਤ, ਥੈਂਕ ਯੂ ਸੋ ਮਚ ਫੋਰ ਕਾਲਿੰਗ। ਦੱਸੋ ਕੀ ਕਹਿੰਦੇ ਹੋ? ਸਭ ਤੋਂ ਪਹਿਲਾਂ ਨਾ ਤੁਸੀਂ ਠੀਕ ਕਹਿ ਰਹੇ ਹੋ, ਇਹ ਸਿਚੁਏਸ਼ਨ ਕਈ ਕਾਰਨ ਕਈ ਫੈਮਿਲੀ ਹੋ ਜਾਂਦਾ, ਦੋ ਖਾਸ ਕਰਕੇ ਪੈਣਾ ਹੋ ਗਿਆ ਤੇ ਕੋਈ ਵੀ ਵਜ੍ਹਾ ਕਰਕੇ ਉਹਨਾਂ ਦੇ ਦੂਰੀਆਂ ਪੈ ਗਈਆਂ। ਜੀ ਜੀ ਜੀ। ਪਰ ਪਹਿਲਾਂ ਮੈਂ ਸੋਚਿਆ
ਇੰਨੇ ਸਾਲ ਹੋ ਗਏ, ਇਹਨਾਂ 30 ਸਾਲ ਇੰਨੇ ਜੋ ਚੱਲ ਰਿਹਾ ਹੈਗਾ ਸਾਰੀ ਉਮਰ ਦਾ, ਉਹ ਇਹ ਰੀਜ਼ਨ ਕਰਕੇ ਤੇ ਬੈਠ ਕੇ ਉਹਦੇ ਨਾਲ ਗੱਲ ਕਰਨ ਲਈ ਮੇਰਾ ਨਹੀਂ ਖਿਆਲ ਇੰਨਾ ਕੰਮ ਕਰੇਗਾ, ਕਿਉਂਕਿ ਕੰਪਲੀਕੇਟਿਡ ਲੱਗਦਾ। ਉਹਦੇ ਕਈ ਚੀਜ਼ਾਂ ਚੱਲ ਰਹੀਆਂ, ਬਿਟਰਨੈਸ ਹੈਗੀ ਹੈ, ਐਂਗਰ ਹੈਗੀ ਹੈ, ਜੈਲਸੀ ਹੈਗੀ ਹੈ, ਜੀ ਜੀ ਪੂਰੀ ਜੀ ਐਟੀਟਿਊਡ ਦੀ ਦੁਨੀਆ ਵਾਲ, ਲੋਕਾਂ ਵਾਲ ਇਸ ਤਰ੍ਹਾਂ ਦੀ ਹੋ ਗਈ ਹੈਗੀ। ਰਾਈਟ ਰਾਈਟ ਤੇ ਮੈਂ ਕਹਾਂਗੀ ਇਹਨਾਂ ਲਈ ਨਾ ਥੋੜੀ, ਠੀਕ ਹੈ ਭੈਣ ਤਾਂ ਪ੍ਰਾਬਲੀ ਜਾਏਗੀ ਨਹੀਂ, ਪਰ ਕਾਉਂਸਲਿੰਗ ਨਾ ਬਈ, ਉਹ ਕਾਉਂਸਲਰ ਕਿੱਦਾਂ ਕਿੱਦਾਂ ਨਾ ਇਹ ਅਪਰੋਚ ਕਰ ਸਕਦੇ ਆਪਣੇ ਸਿਸਟਰ, ਬਈ ਆਹ ਸਿਚੁਏਸ਼ਨ ਆ ਜੀ ਤੇ ਜੀ ਆਹ ਉਹਦੀ ਐਟੀਟਿਊਡ ਹੈਗੀ ਆ, ਬਈ ਮੈਂ ਆਪਣਾ ਰਿਸ਼ਤਾ ਉਹਦੇ ਨਾਲ ਬੈਟਰ ਕਰਨਾ ਚਾਹੁੰਦੀ ਹਾਂ, ਮੈਨੂੰ ਕੋਈ ਤਰੀਕੇ ਦੱਸੋ ਜੇ ਆਹ ਚੀਜ਼ਾਂ ਚੱਲ ਰਹੀਆਂ ਹੈਗੀਆਂ, ਆਹ ਹੋ ਗਿਆ ਹੈਗਾ। ਤੇ ਆਈ ਥਿੰਕ ਕਾਉਂਸਲਿੰਗ ਜੇ ਇਹ ਆਪ ਵੀ ਜਾਣਨਾ, ਇਹ ਕੋਈ ਫਰਕ ਤਰੀਕੇ ਕੋਈ ਵਜ੍ਹਾ ਤੇ ਸੋਲੂਸ਼ਨ ਲੱਭਣਗੇ, ਕਿਉਂਕਿ ਆ ਆਪਣੇ ਆਪ ਕਰਨਾ, ਬੈਠ ਕੇ ਗੱਲ ਕਰਨਾ, ਆਈ ਥਿੰਕ ਪੂਰਾ ਸਿਚੁਏਸ਼ਨ ਨਹੀਂ, ਸਾਰਾ ਚੰਗੀ ਤਰ੍ਹਾਂ ਆਈ ਥਿੰਕ ਹੈਂਡਲ ਤੁਸੀਂ ਨੋ 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 ਬਟ ਯਾ ਯੂ ਥਿੰਕ ਕਿ ਨਹੀਂ ਪੋਸੀਬਲ, ਜਿਹੜਾ ਤੁਹਾਡਾ ਹਮੇਸ਼ਾ ਯੂ ਨੋ ਹੁੰਦਾ ਹੈ ਇੱਕ ਤਰੀਕਾ ਕਿ ਗੱਲ ਕਰਨਾ ਵੀ, ਬਟ ਪ੍ਰੋਬਬਲੀ ਉਹ ਵੀ ਇਫੈਕਟਿਵ ਹੋ ਸਕਦਾ ਹੈ ਜਸਪ੍ਰੀਤ, ਬਿਕੋਜ਼ ਲੱਗਦਾ ਹੈ ਕਿ ਇਹਨਾਂ ਨੇ ਕਦੀ ਬੈਠ ਕੇ ਉਹ ਸ਼ੇਅਰ ਨਹੀਂ ਕੀਤਾ, ਔਰ ਹੀ ਸ਼ੀ ਓਕੇ ਜਿਹੜੇ ਸਾਨੂੰ ਕਹਿ ਰਹੇ ਹੈ ਉਹ ਇਸ ਵੇਲੇ ਬਿਕੋਜ਼ ਸ਼ੀ ਇਜ਼ ਗੋਨ ਥਰੂ ਸੋ ਮਚ, ਸ਼ੀ ਇਜ਼ ਮੈਚਿਓਰ ਇਨਾਫ ਦੈਟ ਸ਼ੀ ਕੈਨ ਐਨਾਲਾਈਜ਼, ਸ਼ੀ ਕੈਨ ਸੀ ਇਟ ਯੂ ਨੋ, ਕਿਉਂਕਿ ਹਾਈਂਡਸਾਈਟ 'ਚ ਵੀ ਦੇਖ ਰਹੇ ਨੇ ਕਿ ਬਚਪਨ 'ਚ ਵੀ ਅਸੀਂ ਦੋਨੋਂ ਬੜੇ ਕਿੱਸੇ ਉਹਨਾਂ ਨੇ ਦੱਸੇ ਕਿ ਅਸੀਂ ਦੋਨੋਂ ਸਿੱਗੀਆਂ ਅਤੇ ਕਿਸ ਤਰ੍ਹਾਂ ਕਿਸੇ ਨੇ ਉਹਨੂੰ ਇੰਝ ਕਹਿਤਾ ਯੂ ਨੋ ਕਿ ਬਿਲਕੁਲ ਹੀ ਇੰਝ ਹੈਗੀ ਹੈ, ਕਿੱਥੋਂ ਆਈ ਹੈ, ਆਲਮੋਸਟ ਇੰਨਾ ਕਹਿਤਾ ਕਿ ਯੂ ਆਰ ਅਗਲੀ, ਸੋ ਸ਼ੀ ਅੰਡਰਸਟੈਂਡ, ਸ਼ੀ ਐਨਾਲਾਈਜ਼ ਇਜ਼ ਨਾਓ, ਸੋ ਸ਼ੀ ਇਜ਼ ਮੈਚਿਓਰ ਇਨਾਫ, ਮੇ ਬੀ ਸ਼ੀ ਇਟ ਵਿਲ ਵਰਕ ਇਫ ਸ਼ੀ ਰੀਅਲੀ ਟਾਕਸ ਟੂ ਹਰ ਕਿ ਮੇਰਾ ਮੇਰੀ ਯਾ ਕਹਿੰਦੇ ਹੋ ਬਈ ਪਹਿਲਾਂ ਮੇ ਬੀ ਫਿਰ ਉਸ ਤਰ੍ਹਾਂ ਟਰਾਈ ਕਰ ਸਕਦੇ ਆ, ਜੀ ਜੀ ਪਰ ਜੀ ਕਈ ਵਾਰੀ ਨਾ ਤੁਸੀਂ ਹਾਂ ਉਹੀ ਚੀਜ਼ ਹੁੰਦੀ ਜਾਣੇ ਬਹੁਤ ਵੱਖਰੀ ਤਰ੍ਹਾਂ ਤੱਕ ਉਸੇ ਚੀਜ਼ ਨੂੰ ਦੇਖ ਰਹੇ ਹੁੰਦੇ ਆ, ਰਾਈਟ, ਉਹ ਡਿਸਗਰੀ ਹੁੰਦੀ ਆ ਜਾਂ ਉਹ ਡਿਸਗਰੀ, ਫਿਰ ਉਹ ਤੁਹਾਡੇ ਨਾਲ ਸਹਿਮਤ ਨਹੀਂ ਹੁੰਦੇ ਤੇ, ਪਰ ਇਹ ਬੜਾ ਅੱਛਾ ਪਹਿਲਾ ਸਟੈਪ ਹੈਗਾ, ਠੀਕ ਆ ਜੀ ਗੱਲ ਜੀ ਕਰਕੇ ਦੇਖ ਨੋ ਆਈ ਐਗਰੀ, ਨਹੀਂ ਕਾਉਂਸਲਿੰਗ ਜਿਹੜੀ ਹੈ ਉਹ ਬਹੁਤ ਇਟ ਵਿਲ ਕੈਨ ਰੀਅਲੀ ਹੈਲਪ। ਹਾਂਜੀ ਜੀ, ਆਈ ਮੀਨ ਕਦੀ ਤੁਹਾਨੂੰ ਲੱਗਦਾ ਹੈ ਕਿ ਐਟਲੀਸਟ ਯੂ ਨੋ ਐਜ਼ ਪੇਰੈਂਟਸ ਸਾਨੂੰ ਇਹੋ ਜਿਹੇ ਕੇਸਿਸ ਜ਼ਰੂਰ ਯਾਦ ਕਰਾਉਂਦੇ ਨੇ ਕਿ ਅਸੀਂ ਬੜੇ ਨਾ ਸਮਝੀ ਦੇ ਵਿੱਚ ਕਈ ਵਾਰੀ ਕੁਛ ਇਤਨੀਆਂ ਗੱਲਾਂ ਬੋਲ ਜਾਂਦੇ ਹਾਂ, ਐਂਡ ਐਜ਼ ਪੇਰੈਂਟਸ ਜਾਂ ਐਜ਼ ਅਡਲਟਸ ਆਲਸੋ, ਕਿਸੇ ਹੋਰ ਨੂੰ ਮਿਲਦੇ ਹਾਂ ਅਤੇ ਅਸੀਂ ਕਿਸੇ ਦੇ ਘਰ ਜਾਂਦੇ ਹਾਂ, ਇੱਕ ਬੱਚਾ ਬੜਾ ਪਿਆਰਾ ਹੈ, ਬਾਕੀ ਸਾਰੇ ਬੱਚੇ ਜਿੰਨੇ ਮਰਜ਼ੀ ਪਿਆਰਾ ਹੈ ਜਾਂ ਨੋਟੀ ਹੈ ਜਾਂ ਅਟਰੈਕਟ ਕਰਦਾ ਹੈ ਅਟੈਨਸ਼ਨ, ਅਸੀਂ ਸਾਰੀ ਚਾਰ ਬੱਚੇ ਹੋਰ ਹੋਣਗੇ ਪਰ ਇੱਕ ਨੂੰ ਹੀ ਲੱਗੇ ਰਹਾਂਗੇ ਕਿ ਯੂ ਨੋ ਤੂੰ ਬੜਾ ਉਹ ਹੈ, ਐਂਡ ਬਾਕੀ ਸਾਰੇ ਬੱਚੇ ਇੰਝ ਕਰਕੇ ਦੇਖ ਰਹੇ ਹੁੰਦੇ ਹੈ ਕਿ ਯੂ ਨੋ ਆਈ ਵਿਟਨੈਸ ਦੈਟ ਇਨ ਵਨ ਆਫ ਆਰ ਫੈਮਲੀਜ਼, ਉਹ 4-5 ਬੱਚੇ ਹੈ ਪਰ ਇੱਕ ਬੱਚੀ ਬੜੀ ਪਿਆਰੀ ਅਤੇ ਉਹਨੂੰ ਕਹਿੰਦੇ ਹਾਂ ਕਿ ਜਿਵੇਂ ਖੁਦ ਪਿਆਰ ਲੈਂਦੀ ਹੈ ਜਿਹੜੀ ਕਹਿੰਦੇ ਨਾ ਬੱਚੇ, ਪਰ ਉਹ ਸਾਰੀ ਦੀ ਸਾਰੀ ਦੁਨੀਆ ਹੁਣ ਉਹਨੂੰ ਹੀ ਬੁਲਾ ਰਹੀ ਹੁੰਦੀ ਔਰ ਬਾਕੀ ਸਾਰੇ ਖੜੇ ਹੋ ਕੇ ਦੇਖ ਰਹੇ ਹੁੰਦੇ ਆ, ਸੋ ਇਟਸ ਲਾਈਕ ਹਾਂਜੀ ਤੁਸੀਂ ਕਈ ਵਾਰੀ ਸਾਡੇ ਸ਼ੋਅ ਤੇ ਇਦਾਂ ਆਇਆ ਹੈਗਾ ਤੇ ਕਈ ਵਾਰੀ ਨਾ ਪੇਰੈਂਟਸ ਕਮੈਂਟ ਮਜ਼ਾਕ ਦੇ ਵਿੱਚ ਸਾਰਾ ਟਾਈਮ ਉਹ ਤਾਂ ਰਾਈਟ ਬੱਚਾ ਬੈਡ ਫੀਲ ਕਰਦਾ ਦੂਜੇ ਜਿਹੜੇ ਭੈਣ ਭਰਾ ਹੈਗੇ ਆ, ਜੀ ਜੀ ਇਦਾਂ ਨਹੀਂ ਕਰਨਾ ਚਾਹੀਦਾ, ਬੋਲਣਾ ਚਾਹੀਦਾ ਜੀ, ਹਾਂ ਬਹੁਤ ਵਧੀਆ, ਥੈਂਕ ਯੂ ਸੋ ਮਚ ਜਸਪ੍ਰੀਤ, ਐਂਡ ਯੂ ਨੋ ਕੁਛ ਹੋਰ ਵੀ ਧਿਆਨ ਆਏ ਤਾਂ ਜ਼ਰੂਰ ਕਾਲ ਕਰੋ, ਔਰ ਮੈਨੂੰ ਇਹੀ ਧਿਆਨ ਆ ਰਿਹਾ ਜਿਸ ਤਰ੍ਹਾਂ ਦੀ ਇੱਕ ਫੈਮਲੀ ਦੀ ਮੈਂ ਗੱਲ ਕਰ ਰਹੀ ਹਾਂ ਕਿ ਯੂ ਨੋ ਇਕੱਠੇ ਬੱਚੇ ਹੈ, ਜੁਆਇੰਟ ਫੈਮਲੀ ਦੇ 4-5 ਬੱਚੇ ਹੈ ਪਰ ਇੱਕ ਬੱਚਾ ਖਾਸ ਤੌਰ 'ਤੇ, ਸੋ ਸਾਰੇ ਜਿਹੜੇ ਐਕਸਟੈਂਡਡ ਫੈਮਲੀ ਦੇ ਬੰਦੇ ਆ ਉਹ ਸਾਰੀ ਅਟੈਨਸ਼ਨ ਉਸੇ ਬੱਚੇ ਨੂੰ ਦੇ ਰਹੇ ਹੁੰਦੇ ਆ ਕਿ ਇਹ ਖਾਸ ਬੋਲ ਵੀ ਦਿੰਦੇ ਆ ਇਹ ਬੱਚੇ ਤੇ ਬਈ ਤੂੰ ਕੀ ਕਰ ਰਹੀ ਹੈ, ਲਾਈਕ ਯੂ ਨੋ ਐਂਡ ਦੇ ਵੋਂਟ ਇਵਨ ਕਾਲ ਅਦਰਸ, ਉਹ ਬਾਕੀ ਦੇ ਬੱਚੇ ਇਸ ਵੇਲੇ ਤਾਂ ਸਮਾਈਲ ਕਰਕੇ ਸਿਰਫ ਦੇਖ ਰਹੇ ਹੈ, ਖੜੇ ਹੋ ਰਹੇ ਹੈ, ਆਈ ਐਮ ਸ਼ੋਰ ਨੋਟ ਆਈ ਐਮ ਸ਼ੋਰ ਬਟ ਬਹੁਤ ਚਾਂਸਿਸ ਹੈ ਕਿ ਉਹ ਬੱਚੇ ਬੈਡ ਫੀਲ ਕਰ ਰਹੇ ਹੈ ਨਹੀਂ ਕਰ ਰਹੇ, ਵੀ ਕਾਂਟ ਬੀ ਵੀ ਕਾਂਟ ਨੋ, ਬਟ ਐਟਲੀਸਟ ਉਸ ਬੱਚੇ ਦੇ ਨਾਲ ਇੱਕ ਦੂਰੀ, ਬਿਨਾਂ ਉਸ ਛੋਟੀ ਬੱਚੀ ਦੀ ਗਲਤੀ ਦੇ ਯੂ ਨੋ ਇੱਕ ਦੂਰੀ ਜੀ ਹੋ ਗਈ ਕਿ ਇਹ ਤਾਂ ਇੰਜੀ ਹੈ, ਇਹ ਤਾਂ ਸਾਰੀ ਦੁਨੀਆ ਦੀ ਯੂ ਨੋ ਫੇਵਰੇਟ ਹੈ, ਜਿਵੇਂ ਇਸ ਕਲਾਸ 'ਚ ਨਹੀਂ ਹੁੰਦਾ
ਕੋਈ ਤੁਸੀਂ ਅਗਰ ਟੀਚਰਸ ਪੈਟ ਹੁੰਦੇ ਹੋ ਤੇ ਤੁਹਾਡੀ ਗਲਤੀ ਵੀ ਨਹੀਂ ਹੁੰਦੀ, ਪਰ ਤੁਸੀਂ ਟੀਚਰਸ ਪੈਟ ਹੋ, ਇਸ ਪਿੱਛੇ ਬਾਕੀ ਦੁਨੀਆ ਤੁਹਾਨੂੰ ਥੋੜੀ ਪਰੇ ਕਰ ਦਿੰਦੀ ਹੈ ਵੀ ਇਹ ਤਾਂ ਟੀਚਰਸ ਪੈਟ ਹੈ। ਉਹ ਯੂ ਨੋ ਯੂ ਕ੍ਰੀਏਟ ਡਿਸਟੈਂਸ ਬਿਟਵੀਨ ਯੂ ਐਂਡ ਦ ਅਦਰ ਕਿਡਸ। ਸੋ ਆਈ ਥਿੰਕ ਉਹ ਇੱਕ ਇਨਸਾਈਟ ਮੈਨੂੰ ਜਿਹੜੀ ਯੂ ਨੋ ਹੁਣੇ ਜਸਪ੍ਰੀਤ ਦੇ ਨਾਲ ਗੱਲ ਕਰਦਿਆਂ ਫੀਲ ਹੋ ਰਹੀ ਹੈ ਕਿ ਉਹ ਬੜਾ ਜ਼ਰੂਰੀ ਹੈ। ਐਜ਼ ਅਡਲਟਸ ਵੀ ਹੈਵ ਟੂ ਬੀ ਮਾਈਂਡਫੁੱਲ ਆਫ ਦੈਟ। ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਐਂਡ ਕਮ ਬੈਕ, ਤੁਸੀਂ ਕਾਲ ਜ਼ਰੂਰ ਕਰੋ। ਵੈਲਕਮ ਬੈਕ, ਸਾਰਿਆਂ ਦਾ ਫਿਰ ਸਵਾਗਤ ਹੈ। ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ ਇਹਨਾਂ ਨੂੰ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਹਰਮਿੰਦਰ ਜੀ, ਦੱਸੋ। ਮੈਂ ਤੇ ਕਹਾਂਗੀ ਕਿ ਵਾਕਈ ਬਿਊਟੀ ਇਸ ਕਰਸ ਹੁੰਦਾ, ਕਈ ਕੇਸਿਸ ਵਿੱਚ ਹੁੰਦੀ ਹੈ, ਪਰ ਉਹਦਾ ਕੁੜੀ ਦਾ ਜਿਹੜੀ ਉਹਦੀ ਭੈਣ ਦਾ ਨਾ ਸੈਲਫ ਐਸਟੀਮ ਬੜੀ ਲੋ ਹੋ ਗਈ ਹੈ, ਤੇ ਇਹਦਾ ਫਰਜ਼ ਬਣਦਾ ਹੈ ਕਿ ਉਹਦੀਆਂ ਜਿਹੜੀਆਂ ਉਹਦੀ ਸੈਲਫ ਐਸਟੀਮ ਹਾਈ ਕਰੇ, ਉਹਦੀਆਂ ਜਿੰਨੀਆਂ ਗੁੱਡ ਕੁਆਲਿਟੀਜ਼ ਹੈਗੀਆਂ ਨੇ ਉਹ ਉਹਨਾਂ ਨੂੰ ਹਮੇਸ਼ਾ ਐਪਰੀਸ਼ੀਏਟ ਕਰੇ ਜੀ। ਤੇ ਦੋਨੋਂ ਭੈਣਾਂ ਮਿਲ ਕੇ ਕੋਈ ਨਾ ਕੋਈ ਐਕਟੀਵਿਟੀ ਕਰਦੇ ਰਹਿਣ, ਜਦੋਂ ਮਿਲ ਕੇ ਕੰਮ ਕਰਨਗੀਆਂ ਤੇ ਰਿਲੇਸ਼ਨਸ਼ਿਪ ਅੱਛੇ ਬਿਲਟ ਹੋਣਗੇ, ਤੇ ਉਹਨੂੰ ਐਜ਼ ਏ ਭੈਣ ਨਾਲੋਂ ਐਜ਼ ਏ ਫਰੈਂਡ ਟ੍ਰੀਟ ਕਰੇ। ਤੇ ਫਰੈਂਡ ਇਕੱਠੀਆਂ ਘੁੰਮਣ, ਐਪਰੀਸ਼ੀਏਸ਼ਨ ਚਾਹੀਦੀ ਉਹਨੂੰ ਬਹੁਤ, ਤੇ ਜਦੋਂ ਗੁੱਸਾ ਵੀ ਕਰ ਆਏ ਉਹਨਾਂ ਤੇ ਉਹਨੂੰ ਚਾਹੀਦਾ ਭੈਣ ਨੂੰ ਥੋੜੀ ਕਾਮ ਰਵੇ, ਕਿਉਂਕਿ ਜਦ ਤੱਕ ਉਹ ਕਾਮ ਰਹੇਗੀ ਉਹਨੂੰ ਐਪਰੀਸ਼ੀਏਟ ਕਰੇਗੀ ਤੇ ਉਹਦੇ ਰਿਲੇਸ਼ਨਸ਼ਿਪ ਬਿਲਟ ਹੋਣਗੇ ਜੀ। ਤੇ ਮੈਨੂੰ ਇਹ ਲੱਗਦਾ ਕਿ ਟਾਈਮ ਸਪੈਂਡ ਜ਼ਿਆਦਾ ਨਾਲ ਕਰਨ, ਉਹਨੂੰ ਇਹ ਫੀਲਿੰਗ ਹੈ ਨਰਾਜ਼ ਹੈ, ਪਰ ਉਹਨੂੰ ਐਜ਼ ਏ ਫਰੈਂਡ ਉਹਨੂੰ ਮੋਟੀਵੇਟ ਕਰੇ, ਬਾਹਰ ਲੈ ਕੇ ਜਾਏ ਤੇ ਟਾਈਮ ਸਪੈਂਡ ਹੋਏਗਾ ਤੇ ਫਿਰ ਉਹਦੇ ਚ ਕੋਨਫੀਡੈਂਸ ਬਿਲਟ ਹੋ ਜਾਏਗਾ ਜੀ ਜੀ। ਤੇ ਜਦ ਤੱਕ ਤੁਹਾਡੇ ਰਿਲੇਸ਼ਨ ਠੀਕ ਨਹੀਂ ਹੋਣਗੇ ਤੇ ਤੁਸੀਂ ਤੁਹਾਨੂੰ ਖੁਸ਼ੀ ਪੁਣੇ ਮਿਲੇਗੀ। ਨਾਲ ਮਿਲ ਕੇ ਕਰੇ, ਜੇ ਬਾਇਆ ਨੀ ਚਾਂਸ ਉਹ ਬੁਕਸ ਪੜ੍ਹਦੀ ਏ ਜਾਂ ਰੀਡਿੰਗ ਕਰਦੀ ਏ ਉਹਨੂੰ ਕਿਤਾਬਾਂ ਲਿਆ ਕੇ ਦੇਵੇ ਸੁਣੀਏ ਦੀਆਂ, ਉਹ ਦੇਖੇ ਕਿ ਮੇਰੇ ਨਾਲ ਕਿੰਨਾ ਕਰਦੀ, ਉਹਦੀਆਂ ਜਿਹੜੀਆਂ ਕੁਆਲਿਟੀਜ਼ ਨੇ ਉਹਨਾਂ ਨੂੰ ਹਾਈਲਾਈਟ ਕਰਨ, ਤਾਂ ਉਹਦੀ ਸੈਲਫ ਐਸਟੀਮ ਵਧੇਗੀ। ਸੈਲਫ ਐਸਟੀਮ ਵਧੇਗੀ ਤੇ ਉਹਦੇ ਚ ਇਹ ਚੀਜ਼ ਬਾਹਰ ਨਿਕਲ ਜਾਏਗੀ, ਕਿਉਂਕਿ ਅੱਜ ਕੱਲ ਸੋਹਣਾ ਤੇ ਜਿਹੜਾ ਹੈਗਾ ਉਹ ਗੁਣਾ ਨਾਲ ਹੈ, ਖਾਲੀ ਬਿਊਟੀ ਨਹੀਂ ਹੈ। ਉਹਨੂੰ ਇਹ ਰਿਅਲਾਈਜ਼ ਕਰਾਇਆ ਜਾਏ ਕਿ ਤੇਰੇ ਵਿੱਚ ਗੁਣ ਹੈਗੇ ਨੇ, ਉਹ ਤੂੰ ਇਸ ਕਰਕੇ ਸੋਹਣੀ ਹੈ। ਉਹਨੂੰ ਹਰ ਗੱਲ ਤੇ ਐਪਰੀਸ਼ੀਏਟ ਕੀਤਾ ਜਾਏ, ਉਹਨੂੰ ਉਹਨਾਂ ਡਿਸਰਿਗਾਰਡ ਨਾ ਦੇਣ, ਉਹਨੂੰ ਪਿਆਰ ਦੇਣ, ਰਿਸਪੈਕਟ ਦੇਣ, ਤੇ ਉਹਦੀ ਸੈਲਫ ਐਸਟੀਮ ਨੂੰ ਉੱਚਾ ਕਰ, ਬਸ ਇਹਦੇ ਨਾਲ ਤਾਂ ਬਹੁਤ ਫਰਕ ਪਏਗਾ। ਬਹੁਤ ਪਏ, ਥੈਂਕ ਯੂ ਸੋ ਮਚ, ਰੀਅਲੀ ਰੀਅਲੀ ਐਪਰੀਸ਼ੀਏਟ ਦਿਸ, ਬਹੁਤ ਵਧੀਆ। ਲੈਟਸ ਸੀ, ਸੋਰੀ ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਹਾਂਜੀ ਗੁਰਦੀਪ ਜੀ। ਅਰਵਿੰਦ ਜੀ, ਥੋੜਾ ਆਪਣੀ ਅੱਜ ਥੋੜੀ ਵੋਇਸ ਤੁਹਾਡੀ ਘੱਟ ਆ ਰਹੀ ਹੈ, ਥੋੜਾ ਉੱਚੀ ਕਰ ਸਕਦੇ ਹੋ? ਇੱਥੇ ਕੋਈ ਹੈ ਸਿਸਟਮ? ਹਾਂਜੀ, ਯੂ ਨੋ ਅਸੀਂ ਪੂਰੀ, ਤੁਸੀਂ ਆਪਣੀ ਵੋਇਸ ਉੱਚੀ ਕਰੋ, ਦੱਸੋ ਤੁਹਾਡੀ ਸਾਨੂੰ ਬੜੀ ਕਲੀਅਰ ਆਵਾਜ਼ ਆ ਰਹੀ ਹੈ, ਦੱਸੋ। ਅੱਛਾ, ਨਹੀਂ ਉਹ ਟੀਵੀ ਤੇ ਜਦੋਂ ਸੁਣਦੇ ਹਾਂ ਉਦੋਂ ਘੱਟ ਆਉਂਦੀ ਹੈ ਥੋੜੀ ਆਵਾਜ਼। ਓਕੇ, ਚਲੋ ਟੀਵੀ ਤੇ ਨਹੀਂ ਸੁਣੋ, ਤੁਸੀਂ ਆਪਣਾ ਫੋਨ ਤੇ ਸੁਣੋ। ਨਹੀਂ ਉਹ ਮੈਂ ਜਦੋਂ, ਹਾਂਜੀ ਰਾਈਟ ਨਾਓ, ਗੋ ਹੈਡ। ਹਾਂਜੀ, ਆਪਣੀ ਭੈਣ ਨਾਲ ਨੇੜਤਾ ਵਧਾਏ, ਸੁਭਾਅ ਸਵੇਰੇ ਸ਼ਾਮ ਸਤਿ ਸ਼੍ਰੀ ਅਕਾਲ ਦੇ ਨਾਲ ਨਾਲ ਉਹਨਾਂ ਨਾਲ ਕੁਝ ਪੋਜ਼ਿਟਿਵ ਗੱਲਾਂ ਸ਼ੇਅਰ ਕਰਨੀਆਂ ਜ਼ਰੂਰੀ ਹੈ। ਉਹਨਾਂ ਨਾਲ ਹਮਦਰਦੀ ਜ਼ਾਹਰ ਕਰੋ ਜੀ, ਕਿਸੇ ਵੀ ਕੰਮ ਵਿੱਚ ਉਸਨੂੰ ਉਤਸ਼ਾਹਿਤ ਕਰੋ। ਜੇ ਕਦੇ ਵੀ ਉਹ ਕੁਛ ਵੀ ਵਧੀਆ ਕਰਦੀ ਹੈ ਤਾਂ ਉਸਦੀ ਸਿਫਤ ਵਿੱਚ ਕੁਝ ਬੋਲ ਦਿਓ। ਇਹਨਾਂ ਛੋਟੀਆਂ ਛੋਟੀਆਂ ਗੱਲਾਂ ਨਾਲ ਸਾਡੇ ਪੱਲਿਓਂ ਕੁਝ ਨਹੀਂ ਜਾਂਦਾ, ਪਰ ਅਸੀਂ ਕਿਸੇ ਨਾ ਕਿਸੇ ਨੂੰ ਉਸਦੀਆਂ ਬੋਲੀਆਂ ਨੂੰ ਮੁਸਕਰਾਹਟ ਦੇ ਜਾਂਦੇ ਹਾਂ ਜੀ। ਉਸਦੇ ਦਿਲ ਨੂੰ, ਮਨ ਨੂੰ ਧਰਵਾਸ ਦੇਣਾ ਜ਼ਰੂਰੀ ਹੈ। ਆਪਣੀ ਭੈਣ ਦੀ ਵੱਧ ਤੋਂ ਵੱਧ ਇੱਜ਼ਤ ਕਰੋ, ਉਸਨੂੰ ਮਾਣ ਸਨਮਾਨ ਦਵੋਗੇ ਤਾਂ ਉਹ ਤੁਹਾਨੂੰ ਪਿਆਰ ਵੀ ਕਰੇਗੀ ਅਤੇ ਸੁਣੇਗੀ। ਰਿਸ਼ਤਿਆਂ ਦੀ ਬੁਨਿਆਦ ਵਿਸ਼ਵਾਸ ਉੱਤੇ ਹੀ ਟਿਕੀ ਰਹਿ ਸਕਦੀ ਹੈ। ਹਰ ਹੀਲੇ ਭੈਣ ਦੇ ਦਿਲ ਵਿੱਚ ਵਿਸ਼ਵਾਸ ਬਣਾ ਕੇ ਰੱਖਣਾ ਹੈ, ਵਿਸ਼ਵਾਸ ਨਹੀਂ ਟੁੱਟਣ ਦੇਣਾ। ਹਮੇਸ਼ਾ
ਦਿਲੋਂ ਉਹਨਾਂ ਦੇ ਫੇਥਫੁਲ ਰਹਿਣਾ ਹੈ, ਬਨਾਸੀ ਕੁਝ ਵੀ ਨਾ ਹੋਵੇ ਜੀ। ਬਿਲਕੁਲ, ਬਹੁਤ ਵਧੀਆ, ਬਹੁਤ ਵਧੀਆ, ਥੈਂਕ ਯੂ ਸੋ ਮੱਚ। ਸੋ ਬਹੁਤ ਜ਼ਿਆਦਾ ਜਿਹੜਾ ਹੈ ਨਾ ਜੈਨੂਇਨ ਐਪਰੀਸੀਏਸ਼ਨ ਚਾਹੀਦੀ ਹੈ ਔਰ ਜੈਨੂਇਨ ਇੰਟਰਸਟ ਚਾਹੀਦਾ। ਵੀ ਕੈਨ ਅੰਡਰਸਟੈਂਡ ਕਿ ਅਗਰ ਅਸੀਂ ਸਾਡੀ ਸਿਚੁਏਸ਼ਨ ਦੇਖੀਏ, ਯੂ ਨੋ ਹਰਮਿੰਦਰ ਜੀ ਗੁਰਦੀਪ ਜੀ ਨੇ ਠੀਕ ਪਛਾਣਿਆ ਕਿ ਇਨ ਅ ਵੇ ਹੋ ਸਕਦਾ, ਯੂ ਨੋ ਤੁਸੀਂ ਵੀ ਆਪਣੀ 19 ਸਾਲ ਦੀ ਉਮਰ 'ਚ, ਇਟ ਵਾਜ਼ਨਟ ਫੇਅਰ ਟੂ ਯੂ ਆਲਸੋ, ਇਟ ਵਾਜ਼ ਨੋਟ ਫੇਅਰ ਕਿ ਤੁਸੀਂ ਆਪਣੀ ਇੱਕ ਐਸੀ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਪੈ ਗਏ ਜਿਹਦੇ 'ਚ ਤੁਸੀਂ ਆਪਣੇ 'ਚ ਇੰਨੇ ਕੰਜ਼ਿਊਮਡ ਹੋਣੇ ਹੋ। ਤੁਹਾਡਾ ਕਸੂਰ ਨਹੀਂ ਹੈ ਕਿਉਂਕਿ ਕੁਛ ਸਿਚੁਏਸ਼ਨ ਨੇ ਤੁਹਾਨੂੰ ਉਸ 'ਚ ਮਜਬੂਰ ਕਰਤਾ, ਪਰ ਉਹ ਹੋਰ 17 ਤੋਂ ਵੀ ਛੋਟੀ ਸੀ ਉਸ ਵੇਲੇ। ਸੋ ਇਹਨਾਂ ਵੇ ਉਸ ਵੇਲੇ ਉਹਨੂੰ ਲੱਗਣਾ ਕਿ ਸਾਰਾ ਫੋਕਸ ਤੁਹਾਡਾ ਉਹਦੇ 'ਤੇ ਬਿਲਕੁਲ ਨਹੀਂ ਹੈ ਔਰ ਪੇਰੈਂਟਸ ਦਾ ਵੀ ਤੁਹਾਡੇ 'ਤੇ ਹੀ ਹੈ। ਯੂ ਨੋ ਇਟਸ ਨੋਟ ਓਨਲੀ ਕਿ ਤੁਸੀਂ ਬਿਊਟੀਫੁਲ ਹੋ ਇਸ ਪਿੱਛੇ, ਬਟ ਓਵਰਆਲ ਸਿਚੁਏਸ਼ਨਲ ਵੀ ਜਿਹੜਾ ਸਰਕਮਸਟਾਂਸਿਸ ਰਹੇ ਕਿ ਪਹਿਲੇ ਵਿਆਹ ਹੋਇਆ ਉਹਦੇ 'ਚ ਯੂ ਨੋ ਮੁਸ਼ਕਲਾਂ ਆਈਆਂ, ਉਹਨੂੰ ਸੰਭਾਲ ਰਹੇ ਹਾਂ, ਫਿਰ ਦੂਸਰੀ ਤਰ੍ਹਾਂ ਫਿਰ ਯੂ ਨੋ ਇੱਕ ਤਰ੍ਹਾਂ ਨਾਲ ਗਿਲਟੀ ਪੇਰੈਂਟਸ ਮਸਟ ਬੀ ਓਵਰ ਡੂਇੰਗ ਇਟ ਫੋਰ ਯੂ। ਸੋ ਓਵਰਆਲ ਉਹਨੂੰ ਜਿਹੜਾ ਮਿਲਿਆ ਉਹ ਕਿ ਉਹਦੇ 'ਤੇ ਫੋਕਸ ਨਹੀਂ ਹੋਇਆ। ਸੋ ਦੈਟ ਬਿਲਕੁਲ ਹਰਮਿੰਦਰ ਜੀ ਠੀਕ ਕਹਿ ਰਹੇ ਕਿ ਉਹਨਾਂ ਉਹਦੀ ਆਪਣੀ ਸੈਲਫ ਇਸਟੀਮ ਇਸ ਵੇਲੇ ਘੱਟ ਹੈ। ਸੋ ਲੈਟਸ ਟੇਕ ਅ ਸ਼ੋਰਟ ਬ੍ਰੇਕ ਐਂਡ ਤੁਸੀਂ ਸਾਰੇ ਵੀ ਕਾਲ ਕਰੋ ਔਰ ਦੱਸੋ ਕਿ ਅਸਲੀ ਇਹਨੂੰ ਸੈਲਫ ਇਸਟੀਮ ਨੂੰ ਰੇਜ਼ ਕਰਨ ਦਾ ਕੀ ਹੈ, ਕਿਉਂਕਿ ਬੜੀ ਸਹੀ ਗੱਲ ਹੈ ਕਿ ਰਿਸ਼ਤਾ ਤਾਂ ਬਾਅਦ 'ਚ ਸਹੀ ਹੋਏਗਾ, ਜੈਨੂਇਨਲੀ ਪਹਿਲੇ ਤੁਹਾਡਾ ਏਮ ਹੋਏਗਾ ਕਿ ਉਹਦੀ ਹੈਲਪ ਕਿਵੇਂ ਹੋਏ, ਉਹਦਾ ਸੈਲਫ ਇਸਟੀਮ ਕਿਵੇਂ ਹਾਈ ਹੋਏ, ਉਹ ਆਪਣੇ ਵਾਸਤੇ ਇੱਕ ਅੱਛੀ ਜ਼ਿੰਦਗੀ ਕਿਵੇਂ ਬਿਤਾਏ। ਸੋ ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਸਾਰੇ ਕੀ ਕਹਿ ਰਹੇ ਹਾਂ। ਬਟ ਹੁਣ ਤੱਕ ਜਿਹੜੀ ਗੱਲ ਹੋਈ ਹੈ ਬਹੁਤ ਖੂਬਸੂਰਤੀ ਨਾਲ, ਹਰਮਿੰਦਰ ਜੀ ਜਿਵੇਂ ਕਹਿ ਰਹੇ ਹਾਂ ਕਿ ਫੋਕਸ ਇਜ਼ ਦੈਟ ਗਰਲ, ਮਤਲਬ ਅਸੀਂ ਜਿਹੜੇ ਪੁੱਛ ਰਹੇ ਹਾਂ ਉਹਨਾਂ ਨੂੰ ਕਹਿਣਾ ਚਾਹਾਂਗੇ ਕਿ ਖਾਲੀ ਰਿਸ਼ਤਾ ਠੀਕ ਕਰਨਾ ਮੈਂ ਬਿਕੋਜ਼ ਕਿਉਂਕਿ ਮੇਰੇ ਵੱਲ ਰਿਜ਼ੈਂਟਫੁਲ ਹੈ, ਉਹਦੇ ਨਾਲੋਂ ਫੋਕਸ ਅਗਰ ਉਸ ਕੁੜੀ 'ਤੇ ਕਰੋ, ਕਿਉਂਕਿ ਇੱਕ ਜੈਨੂਇਨ ਕੰਪੈਸ਼ਨ ਵੀ ਚਾਹੀਦਾ। ਠੀਕ ਹੈ, ਸਰਕਮਸਟਾਂਸ਼ਲੀ ਤੁਸੀਂ ਜਿਹਦੇ 'ਚੋਂ ਨਿਕਲੇ ਹੋ ਉਹ ਬਹੁਤ ਹਮਦਰਦੀ ਵਾਲੀ ਗੱਲ ਹੈ, ਪਰ ਉਹ ਜ਼ਾਇਰਾ ਤੌਰ 'ਤੇ ਉਹ ਕਿਸੇ ਸਿਚੁਏਸ਼ਨ 'ਚੋਂ ਨਹੀਂ ਨਿਕਲੀ, ਪਰ ਓਵਰਆਲ ਉਹ ਇੱਕ ਯੂ ਨੋ ਕਿ ਹਾਂ ਹੋ ਜਾਏਗਾ, ਉਹਦਾ ਤਾਂ ਚੱਲ ਹੀ ਰਿਹਾ। ਸੋ ਉਹ ਵੀ ਸੋ ਸ਼ੀ ਨੀਡਸ ਅ ਲੋਟ ਆਫ ਕੰਪੈਸ਼ਨ ਫਰੋਮ ਯੂ ਐਂਡ ਕੰਪੈਸ਼ਨ ਦੇ ਨਾਲ ਜ਼ਰੂਰ ਉਹਦੇ ਇੰਟਰਸਟ ਜਾਣਨ ਦੀ ਕੋਸ਼ਿਸ਼ ਜਾਂ ਉਹਦੀ ਜ਼ਿੰਦਗੀ 'ਚ ਕੀ ਹੋ ਰਿਹਾ ਹੈ, ਉਹ ਇੱਕ ਜੈਨੂਇਨ ਅਗਰ ਇੰਟਰਸਟ ਹੋਏਗਾ ਤਾਂ ਆਈ ਐਮ ਸ਼ੋਰ ਬਹੁਤ ਫਰਕ ਪਏਗਾ। ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ? ਤੁਸੀਂ ਟੀਵੀ ਲਾਜਵੰਤੀ ਜੀ, ਟੀਵੀ ਤੋਂ ਪਰੇ ਹੋ ਜਾਓ, ਫੋਨ ਤੇ ਗੱਲ ਕਰੋ ਸਾਡੇ ਨਾਲ। ਮੈਂ ਟੀਵੀ ਦੇ ਆਵਾਜ਼ ਬੰਦ ਕਰਤੀ ਹੈ। ਹਾਂਜੀ, ਦੱਸੋ ਦੱਸੋ ਮੈਨੂੰ, ਮੈਂ ਰਸੋਈ ਕਿਸੇ ਮੇਰੇ ਨੇ ਪਹਿਲੋ ਵੀ ਤੱਕ ਹੀ ਜਾਂਦਾ ਫਿਰ ਨਹੀਂ ਤਾਂ। ਭੈਣ ਦੇ ਨਾਲ ਰਿਸ਼ਤਾ ਇੰਪਰੂਵ ਕਰਨ ਦੀ ਪੁੱਛ ਰਹੀ ਹੈ, ਕਿਉਂਕਿ ਉਹਨੂੰ ਲੱਗਦਾ ਕਿ ਸ਼ੁਰੂ ਤੋਂ ਭੈਣ ਜਿਹੜੀ ਹੈ ਉਹਦੇ ਨਾਲ ਗੁੱਸੇ ਰਹਿੰਦੀ ਹੈ। ਸੌਰੀ, ਮੇਰੀ ਗੱਲ ਰੰਜੇ, ਸੱਚੀ ਗੱਲ ਦੱਸਾਂ, ਹਾਂਜੀ, ਭੈਣਾਂ ਅੱਜ ਕੱਲ੍ਹ ਇੱਦਾਂ ਦੀ ਗਈਆਂ, ਇੱਕ ਦੂਜੇ ਗੁੱਸੇ ਹੀ ਰਹਿੰਦੀਆਂ ਆ। ਸਾਡੇ ਨਾਲ ਆਪ ਇਹੋ ਹੀ ਆ ਲਿਆ ਸੀ ਕਿਸੇ। ਅੱਛਾ, ਤੁਹਾਡੇ ਨਾਲ ਕੀ ਹੋਇਆ, ਕਿਉਂ ਗੁੱਸੇ ਹੈ? ਪਲੀਜ਼ ਟੀਵੀ ਤੋਂ ਅਲੱਗ ਹੋ ਜਾਓ, ਤੁਹਾਡੀ ਆਵਾਜ਼ ਨਹੀਂ ਸਮਝ ਆਏਗੀ ਜਦ ਤੱਕ ਤੁਸੀਂ ਟੀਵੀ ਤੋਂ ਹਟੋ। ਚਾਰ, ਹਾਂ, ਵੱਡੀ ਜੇ ਵਾਇਸ ਕੱਟ ਕੇ ਘੰਟਾ ਭੈੜਾ ਹੀ ਹੈ। ਹਾਂਜੀ, ਚਾਰ ਤਾਂ ਮਰ ਗਈਆਂ। ਅੱਛਾ, ਤੇ ਬਾਕੀ ਆਈ ਦੋ ਆ ਛੋਟੀ ਜਿਹੜੀ ਮੇਥਾ ਛੋਟੀ, ਉਹਨੂੰ ਤੁਹਾਡੇ ਨਾਲ ਬੋਲ ਚਾਲੀ ਆਏ। ਕਿਉਂ, ਕੀ ਕਿਉਂ ਨਹੀਂ ਹੈ ਬੋਲ ਚਾਲ? ਕਿਉਂ ਮਤਲਬ ਇਹ ਆ ਵੀ ਗੱਲਾਂ ਦਾ ਆਮ ਕਰ ਲੈਂਦੀਆਂ, ਮਗਰੋਂ ਸਾਡੀ ਬਦਨਾਮ ਕਰਦੀਆਂ ਆ। ਓਕੇ, ਠੀਕ ਹੈ, ਕੋਈ ਨਹੀਂ ਆ ਵੀ ਭੈਣਾਂ ਦਾ ਅੱਜ ਕੱਲ ਇਹ ਸ਼ਰੀਕੀ ਭਾਜੀ ਆ। ਅੱਛਾ, ਮਾੜੀ ਗੱਲ, ਮਾੜੀ ਗੱਲ ਹੈ। ਸ਼ਰੀਕਾਂ ਭਰਾਵਾਂ ਦਾ ਤਾਂ ਸੁਣਿਆ ਸੀ, ਹੁਣ ਭੈਣਾਂ ਦਾ ਵੀ ਸ਼ਰੀਕਾਂ ਵਾਲਾ ਹਿਸਾਬ ਹੁਣ ਦੇ ਜ਼ਮਾਨੇ 'ਚ ਨਾ ਕਾਲਜ ਦੇ ਵਿੱਚ ਭੈਣਾਂ ਦਾ ਵੀ ਸ਼ਰੀਕਾ ਹੋ ਗਿਆ ਜੀ। ਹਾਂਜੀ, ਹਾਂਜੀ, ਹਾਂ, ਅਫਸੋਸ ਦੀ ਗੱਲ ਹੈ। ਚਲੋ ਗੱਲ ਕਰਿਓ ਕੱਡੇ ਨਾਲ ਕੱਡੇ ਨਾਲ। ਹਾਂਜੀ, ਹਾਂਜੀ, ਠੀਕ ਹੈ, ਥੈਂਕ ਯੂ ਸੋ ਮਚ ਜੀ। ਮੈਂ ਹੋਰ ਕਾਲਸ ਲੈ ਲੈਂਦੀ ਹਾਂ, ਫਿਰ ਤੁਹਾਡੇ ਨਾਲ ਗੱਲ ਕਰਦੇ ਹਾਂ। ਹੈਲੋ, ਹਾਂਜੀ,
ਫਿਰ ਉਹਨਾਂ ਨੂੰ ਵੀ ਜਿਵੇਂ ਗਲੀ ਗੁਆਂਢ ਚ ਵੀ ਉਹ ਇੰਨੇ ਸੋਹਣੇ ਹੁੰਦੇ ਸੀ ਵੀ ਜਿਵੇਂ ਨਾ ਉਹਨਾਂ ਨੂੰ ਕਹਿ ਲਓ ਵੀ ਦੇਖਣ ਵੀ ਆਉਂਦੇ ਸੀ ਵੀ ਉਹਨਾਂ ਦੀ ਨੂੰਹ ਬਹੁਤ ਸੋਹਣੀ ਆ ਆਸੇ ਪਾਸੇ ਪਿੰਡਾਂ ਦੇ ਨਾ ਤੇ ਉਹ ਹਾਂਜੀ ਉਹ ਫਿਰ ਉਹਨਾਂ ਨੂੰ ਇੰਨਾ ਔਖਾ ਹੋ ਗਿਆ ਕਿ ਉਹਨਾਂ ਦੇ ਗਲੀ ਗੁਆਂਢ ਵੀ ਉਹਨਾਂ ਨੂੰ ਜਿੱਦਾਂ ਕਹਿ ਲਓ ਵੀ ਈਰਖਾ ਦੇ ਵੱਖ ਹੋ ਕੇ ਵੀ ਉਹ ਅੱਛਾ ਸਾਨੂੰ ਸਮਝ ਨੀ ਲੱਗਦੀ ਹੁੰਦੀ ਸੀ ਪਹਿਲਾਂ ਵੀ ਮੰਮੀ ਨੂੰ ਅੰਦਰ ਅੰਦਰ ਹੀ ਉਹ ਰਹਿੰਦੇ ਹੁੰਦੇ ਸੀ ਬਾਹਰ ਬਾਹਰ ਵੀ ਨੀ ਕਿਸੇ ਦੇ ਘਰ ਜਾਂਦੇ ਸੀ ਜਿਵੇਂ ਉਹਨਾਂ ਨੂੰ ਘਰ ਹੀ ਜ਼ਿਆਦਾ ਰਹਿਣਾ ਕਿਸ ਤਰ੍ਹਾਂ ਰਿਐਕਟ ਕਰਦੇ ਸੀ ਤੁਹਾਨੂੰ ਕੀ ਯਾਦ ਆਉਂਦਾ ਕਿ ਫਾਦਰ ਕਿਸ ਤਰ੍ਹਾਂ ਰਿਐਕਟ ਕਰਦੇ ਸੀ ਇਹਨੂੰ ਹਾਂਜੀ ਫਾਦਰ ਕਿਉਂਕਿ ਜੁਆਇੰਟ ਫੈਮਿਲੀ ਸੀ ਪਰ ਮੇਰੇ ਪਾਪਾ ਤਾਂ ਬਹੁਤ ਪਿਆਰ ਕਰਦੇ ਸੀ ਮੈਂ ਤਾਂ ਉਹਨਾਂ ਦਾ ਪਿਆਰ ਹੀ ਦੇਖਿਆ ਹੁਣ ਤੱਕ ਉਹ ਸਮਝਦੇ ਵੀ ਸੀ ਕਿਉਂਕਿ ਮੰਮਾ ਛੋਟੀ ਏਜ ਦੇ ਸੀ ਪਾਪਾ ਤੋਂ ਪਾਪਾ ਜੀ ਉਹ ਹਿਸਾਬ ਨਾਲ ਉਹਨਾਂ ਨੂੰ ਪਿਆਰ ਕਰ ਪਰ ਪਾਪਾ ਨਾਲ ਤਾਂ ਜਾਂਦੇ ਸੀਗੇ ਪਰ ਜਿਵੇਂ ਘਰੇ ਦਰਾਣੀ ਜਠਾਣੀ ਦਾ ਮੇਰੇ ਮੰਮਾ ਦਾ ਰੰਗ ਬਹੁਤ ਸਾਫ਼ ਸੀ ਮੈਂ ਨੱਖ ਬਹੁਤ ਸੋਹਣੇ ਸੀ ਮੇਰੇ ਤਾਈ ਜੀ ਵੀ ਉਹਨਾਂ ਨਾਲ ਥੋੜੀ ਜਿਹੀ ਦਰਾਣੀ ਜਠਾਣੀ ਦੀ ਵੀ ਈਰਖਾ ਉਹ ਈਰਖਾ ਉਹਦੇ ਕਰਕੇ ਉਹਨਾਂ ਨੂੰ ਫਿਰ ਡਾਊਨ ਹੀ ਦਿਖਾਉਂਦੇ ਰਹਿੰਦੇ ਸੀ ਨਾ ਘਰ ਦੇ ਵਿੱਚ ਮੈਂ ਉਹੀ ਚੀਜ਼ਾਂ ਫੇਸ ਕੀਤੀਆਂ ਸਾਰੀ ਉਮਰ ਇਦਾਂ ਹੀ ਉਹ ਚਲੇ ਗਏ ਜਿੱਦਾਂ ਸੋ ਸੋਰੀ ਓਈ ਓਈ ਇਹ ਸਮਾਜ ਦੀ ਬੜੀ ਵੱਡੀ ਗਲਤੀ ਹੈ ਕਿ ਤੁਸੀਂ ਫਿਜ਼ੀਕਲੀ ਦੇਖ ਕੇ ਉਸ ਬੰਦੇ ਨੂੰ ਮਤਲਬ ਇੱਕ ਮੋਰ ਲਾ ਲੈਂਦੇ ਔਰ ਫਿਰ ਉਹ ਆਈ ਮੀਨ ਇਟਸ ਸਰਪ੍ਰਾਈਜ਼ਿੰਗ ਕਹਿਣ ਨੂੰ ਕਹਿੰਦੇ ਆ ਸਾਰੇ ਮੰਗਦੇ ਆ ਜੀ ਗੋਰਾ ਰੰਗ ਹੋਏ ਸੋਹਣਾ ਹੋਏ ਪਰ ਉਹੀ ਤੁਹਾਡਾ ਦੁਸ਼ਮਣ ਹੀ ਬਣ ਗਿਆ ਨਾ ਉਹ ਹਾਂਜੀ ਪਰ ਉਹਨਾਂ ਨੇ ਆਪਦੀ ਬਿਊਟੀ ਕਰਕੇ ਜਿਵੇਂ ਕਹਿ ਦੋ ਕੈਦਾਂ ਦਾ ਕੈਦ ਹੀ ਕੱਟੀ ਵੀ ਪਾਪਾ ਨਾਲ ਤਾਂ ਜਾਂਦੇ ਸੀ ਪਰ ਹਾਂ ਈਰਖਾ ਦੇਖੀ ਲੋਕਾਂ ਦੀ ਪਰ ਘਰ ਦੇ ਵਿੱਚ ਜੁਆਇੰਟ ਫੈਮਿਲੀ 'ਚ ਵੀ ਈਰਖਾ ਦੇਖੀ ਬਸ ਉਹ ਇੱਦਾਂ ਹੀ ਚਲੇ ਗਏ ਮਤਲਬ ਜਿਵੇਂ ਕਹਿ ਦੋ ਵੀ ਕੁਦਰਤ ਨੇ ਸਾਨੂੰ ਵੀ ਜਿਵੇਂ ਵੀ ਰੰਗ ਤਾਂ ਉਹਨਾਂ ਸਾਫ਼ ਨਹੀਂ ਕੀਤਾ ਪਰ ਥੋੜ੍ਹੇ ਬਹੁਤੇ ਨੈਣ ਨਕਸ਼ ਮੰਮੀ ਵੱਲੋਂ ਆ ਗਏ ਸੋਹਣੇ ਤਨਕੇ ਅਸੀਂ ਵੀ ਹੁਣ ਘਰੇ ਬਹੁਤ ਚੀਜ਼ਾਂ ਫੇਸ ਕੀਤੀਆਂ ਉਸ ਚੀਜ਼ ਨੂੰ ਲੈ ਕੇ ਵੀ ਜਿਵੇਂ ਕਿ ਵੀ ਮੇਰੇ ਹਸਬੈਂਡ ਵੀ ਕਹਿੰਦੇ ਸੀ ਤੂੰ ਦੰਦ ਨਹੀਂ ਦਿਖਾਉਣੇ ਕਿਸੇ ਦੇ ਸਾਹਮਣੇ ਹੱਸਣਾ ਵੀ ਇੱਦਾਂ ਕਰਕੇ ਕਈ ਥਾਵਾਂ ਮਤਲਬ ਇੱਦਾਂ ਕਹਿ ਲਓ ਵੀ ਇਹ ਚੀਜ਼ਾਂ ਥੋੜੀਆਂ ਬਹੁਤੀਆਂ ਫੇਸ ਕੀਤੀਆਂ ਵੀ ਬਾਹਰ ਅੰਦਰ ਘੱਟ ਜਾਣਾ ਇਹ ਚੀਜ਼ਾਂ ਕਿਤੇ ਨਾ ਕਿਤੇ ਪਤਾ ਨੀ ਕਿਉਂ ਪਰ ਮੰਮਾ ਵੱਲੋਂ ਤਾਂ ਮਾਸੀ ਵੀ ਜਿੱਦਾਂ ਮੰਮਾ ਨੂੰ ਡਿਸਟੈਂਸ ਪਹਿਲਾਂ ਜਦੋਂ ਆ ਕੇ ਫਿਰ ਉਹਨਾਂ ਦੀ ਹਾਂ ਉਹ ਵੀ ਜਿੱਦਾਂ ਮੰਮੀ ਆਪਣੇ ਵੱਲੋਂ ਪਿਆਰ ਕਰਦੇ ਰਹੇ ਤਾਂ ਮੰਮਾ ਚਲੇ ਗਏ ਹਨ ਪਰ ਮਾਸੀ ਤਾਂ ਹਜੇ ਵੀ ਹੁਣ ਉਹਨਾਂ ਨੂੰ ਪਿਆਰ ਦਿੱਤੇ ਆਉਂਦਾ ਤੇ ਪਰ ਇਹ ਚੀਜ਼ਾਂ ਹੁੰਦੀਆਂ ਪਤਾ ਨੀ ਕਿਉਂ ਆ ਜਾਂਦੀਆਂ ਉਹ ਜਿਹੜਾ ਬੰਦਾ ਫੇਸ ਕਰਦਾ ਉਹ ਭੋਲੇ ਵੀ ਸੀ ਉਹਨਾਂ ਨੂੰ ਇਹ ਸਮਝ ਵੀ ਨਹੀਂ ਸੀ ਮੇਰੇ ਨਾਲ ਤਾਂ ਹੋ ਰਿਹਾ ਸਾਰਾ ਕੁਛ ਕਿਉਂ ਅੰਡਰਸਟੈਂਡ ਉਹਨਾਂ ਨੂੰ ਤਾਂ ਆਈ ਨੀ ਸਮਝ ਲੱਗੀ ਵੀ ਮੇਰੇ ਨਾਲ ਕਰਦੇ ਕਿਉਂ ਆ ਸਾਰੇ ਵੀ ਹਰ ਕੋਈ ਈਰਖਾ ਕਿਉਂ ਕਰਦਾ ਜਾਂ ਹਰ ਕੋਈ ਏਦਾਂ ਵੀ ਘਰ ਜੋਗੇ ਜਿਵੇਂ ਬੰਦਾ ਰਹਿ ਜਾਂਦਾ ਉਵੇਂ ਜਿਹੇ ਰਹਿ ਗਏ ਸੀ ਨਾ ਪਰ ਉਹ ਪੜ੍ਹੇ ਲਿਖੇ ਸੀ ਹਾਂਜੀ ਸੀਗੇ ਉਸ ਟਾਈਮ ਤੇ ਪਰ ਇਹ ਚੀਜ਼ਾਂ ਉਹਨਾਂ ਨੇ ਮੈਨੂੰ ਹੁਣ ਇਹਨਾਂ ਦੀ ਸਟੋਰੀ ਸੁਣ ਕੇ ਮੈਨੂੰ ਆਪਣੀ ਮੰਮਾ ਦੀ ਉਹ ਸਾਰੀ ਸਟੋਰੀ ਰਿਮਾਈਂਡ ਹੋ ਗਈ ਹੁਣ ਥੋੜੀ ਬਹੁਤ ਭਾਵੇਂ ਕੁਝ ਪਰਸੈਂਟ ਹੀ ਹੈ ਤੁਸੀਂ ਵੀ ਉਹ ਫੇਸ ਕਰ ਰਹੇ ਹੋ ਸ਼ਾਇਦ ਸਾਡੀ ਸਿਆਣਪ ਇਹਦੇ 'ਚ ਇਹੀ ਹੋਏਗੀ ਕਿ ਜਦੋਂ ਅਸੀਂ ਸੁਸਾਇਟੀ ਨੂੰ ਜਾਂ ਕਹਿ ਲਓ ਸਪਾਊਸਿਸ ਨੂੰ ਹਸਬੈਂਡ ਨੂੰ ਵੀ ਉਹਨਾਂ ਨੂੰ ਫੋਰਗਿਵ ਕਰ ਦਈਏ ਕਿ ਸਿਰਫ ਇਕੱਲੇ ਬੰਦੇ ਦਾ ਕਸੂਰ ਨਹੀਂ ਹੈਗਾ ਇਹ ਸੁਸਾਇਟੀ ਨੇ ਮਿਲ ਕੇ ਕ੍ਰੀਏਟ ਕੀਤਾ ਹੋਇਆ ਹੈ ਨਾ ਸੋ ਥੈਂਕ ਯੂ ਸੋ ਮੱਚ ਕਿ ਤੁਸੀਂ ਇਹ ਸ਼ੇਅਰ ਕੀਤੀ ਬਿਕੋਜ਼ ਇਹੀ ਦੇਖੋ ਨਾ ਕਿ ਇਹ ਸੁਸਾਇਟੀ ਅਸੀਂ ਮੁੜ ਮਿਲ ਕੇ ਚੇਂਜਸ ਲਿਆ ਸਕਦੇ ਹਾਂ ਕਿਉਂਕਿ ਇਹ ਅਵੇਅਰਨੈਸ ਚਾਹੀਦੀ ਹੈ ਇਹਦੇ 'ਚ ਕਿ ਉਹ ਅਸੀਂ ਤਾਂ ਇਹ ਜਨਾਨੀਆਂ ਆਪਸ 'ਚ ਹੁਣ ਇੱਥੇ ਭੈਣਾਂ ਨਾਲ ਕਰਮਜੀਤ ਕਹਿ ਰਹੀ ਹੈ ਜਿਵੇਂ ਕਿ ਉਹਦੇ ਦਰਾਣੀ ਜਠਾਣੀ ਵੀ ਆਂਢ ਗੁਆਂਢ ਵੀ ਐਕਸਟੈਂਡਡ ਫੈਮਿਲੀਜ਼ ਦੀਆਂ ਨੂੰਹਾਂ ਧੀਆਂ ਸਾਰੇ ਹੀ ਈਰਖਾ ਕਰ ਰਹੇ ਸੋ ਜਨਾਨੀ ਜਨਾਨੀ ਦੀ ਇੱਕ ਤਰ੍ਹਾਂ ਨਾਲ ਪ੍ਰੋਬਲਮ ਹੋਵੇਗੀ ਕਿ ਹਾਂ ਕਿਉਂਕਿ ਉਹ ਹੋ ਕਿਉਂ ਰਿਹਾ ਕਿਉਂਕਿ ਬਾਕੀ ਸਾਰੀ ਦੁਨੀਆ ਕੰਪੇਅਰ ਕਰ ਰਹੀ ਹੈ ਔਰ ਯੂ ਨੋ ਇੱਕ ਨੂੰ ਕਹਿ ਰਹੀ ਉਹ ਇਹ ਬੜੀ ਵਧੀਆ ਤੂੰ ਕਿਉਂ ਨਹੀਂ ਹੈ
ਯੋ ਤੇ ਤੇਰਾ ਇੰਨਾ ਵਧੀਆ ਨਹੀਂ ਹੈ ਸੋ ਉਹ ਤੁਹਾਡੀ ਵੈਲਿਊ ਤੁਸੀਂ ਆਪਣੀ ਵੈਲਿਊ ਉਸ ਤਰ੍ਹਾਂ ਕਰਨ ਲੱਗ ਜਾਂਦੇ ਹੋ ਕਿ ਹਾਂ ਮੈਂ ਸੋਹਣੀ ਨਹੀਂ ਹਾਂ ਅਤੇ ਮੇਰੀ ਵੈਲਿਊ ਘੱਟ ਹੈ ਪਰ ਇਸ ਚੀਜ਼ ਦੀ ਅਵੇਅਰਨੈਸ ਨਹੀਂ ਆਉਂਦੀ ਕਿ ਮੈਂ ਉਸ ਦੂਸਰੇ ਬੰਦੇ ਤੋਂ ਜਿਹੜਾ ਸੋਹਣਾ ਹੈ ਉਹਦੇ ਤੋਂ ਦੂਰੀ ਕਿਉਂ ਕਰ ਰਹੀ ਹਾਂ ਜਾਂ ਮੈਂ ਉਸ ਤੋਂ ਗੁੱਸੇ ਕਿਉਂ ਹਾਂ ਮੇਰੀ ਰਿਜੈਂਟਮੈਂਟ ਦਾ ਕਾਰਨ ਕੀ ਹੈ ਉਹਦਾ ਕਸੂਰ ਕੀ ਹੈ ਉਹਦੇ 'ਚ ਸੋ ਇਹ ਬੜੀ ਜ਼ਬਰਦਸਤ ਇੱਕ ਤਰ੍ਹਾਂ ਨਾਲ ਇੱਕ ਮੂਮੈਂਟ ਹੈ ਅੱਜ ਦੇ ਸ਼ੋਅ ਦੇ ਵਿੱਚ ਜਿਹੜੀ ਕਿ ਇਨਸਾਈਟ ਆ ਰਹੀ ਹੈ ਕਿ ਯੂ ਨੋ ਵੀ ਕੈਨ ਡੂ ਮੇਕ ਸਮ ਚੇਂਜਸ ਐਂਡ ਵੀ ਕੈਨ ਬੀ ਕੰਪੈਸ਼ਨੇਟ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ ਸਾਰਿਆਂ ਦਾ ਫਿਰ ਸਵਾਗਤ ਹੈ ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ ਇਹਨਾਂ ਨੂੰ ਪੁੱਛਦੇ ਹਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਗਿਆਨ ਸਿੰਘ ਜੀ ਦੱਸੋ ਹਾਂ ਜੀ ਮੈਂ ਭੈਣਾਂ ਦਾ ਕੋਈ ਸੋਹਣੀ ਦਾ ਤੇ ਕਾਲੇ ਰੰਗ ਦਾ ਕੋਈ ਫਰਕ ਪਿਆ ਜੀ ਹਾਂਜੀ ਹਾਂਜੀ ਅਸੀਂ ਦੇਖੋ ਜੀ ਰਿਸ਼ਤੇ ਕਾਫੀ ਵਿੱਚ ਪੈ ਕੇ ਕੀਤੇ ਕਰਾਏ ਆ ਸਾਰਾ ਪਰਿਵਾਰ ਇੱਕੋ ਜਿਹਾ ਨਹੀਂ ਹੁੰਦਾ ਭੈਣਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਭਰਾ ਇੱਕੋ ਜਿਹਾ ਨਹੀਂ ਹੁੰਦੇ ਫਰਕ ਫਰਕ ਰਹਿੰਦਾ ਹੀ ਆ ਪਰ ਉਹੀ ਗਿਆਨ ਸਿੰਘ ਜੀ ਅਸੀਂ ਗੱਲ ਕਰ ਰਹੇ ਹਾਂ ਕਿ ਸੋਸਾਇਟੀ ਕਿੰਨਾ ਜ਼ੋਰ ਦਿੰਦੀ ਹੈ ਫਿਜ਼ੀਕਲ ਗੁਣਾਂ ਨਾਲੋਂ ਪਹਿਲੇ ਹੀ ਮੋੜ ਲਾ ਦੇ ਵੀ ਦੇਖਣ 'ਚ ਜਿਹੜਾ ਚੰਗਾ ਬੰਦਾ ਹੈ ਉਹਦੇ ਇੱਕ ਯੂ ਨੋ ਬੋਲਣ 'ਚ ਹਟਦੀ ਨਹੀਂ ਰਿਸ਼ਤਿਆਂ ਦੀ ਗੱਲ ਨਹੀਂ ਹੋ ਰਹੀ ਖਾਲੀ ਰਿਸ਼ਤਿਆਂ ਦੀ ਗੱਲ ਨਹੀਂ ਹੋ ਰਹੀ ਇਨਸਾਨ ਦੀ ਇਨਸਾਨ 'ਚ ਗੁਣਾਂ ਦਾ ਮੁੱਲ ਪੈਣਾ ਚਾਹੀਦਾ ਰੰਗਾਂ ਦਾ ਨਹੀਂ ਪੈਣਾ ਚਾਹੀਦਾ ਜੋ ਮੇਰੀ ਸੋਚ ਆ ਅਸੀਂ ਅਸੀਂ ਕਰਾਉਂਦੇ ਸੀ ਅਸੀਂ ਬੱਚੇ 'ਚ ਗੁਣ ਦੇਖਦੇ ਸੀਗੇ ਹੈ ਅਸੀਂ ਰੰਗਾਂ ਮਗਰ ਨਹੀਂ ਜਾਂਦੇ ਸੀਗੇ ਅਸੀਂ ਗੁਣਾਂ ਦਾ ਮੁੱਲ ਪਾ ਕੇ ਰਿਸ਼ਤੇ ਕਰਾਉਂਦੇ ਹੁੰਦੇ ਸੀਗੇ ਤੇ ਜਿਸ ਬੰਦੇ ਨੂੰ ਅਕਲ ਹੀ ਨਹੀਂ ਧੇਲੇ ਦੀ ਉਹ ਤੇ ਰੰਗਾਂ ਨੂੰ ਚੱਟਣਾ ਜਦੋਂ ਸਿਆਣੇ ਕਹਿੰਦੇ ਸੀਗੇ ਹੈ ਤੇ ਸਾਡੀ ਦਾਦੀ ਕਰਾਉਂਦੀ ਸੀ ਕਹਿੰਦੀ ਰੰਗਾਂ ਨੂੰ ਚੱਟਣਾ ਹਜੇ ਗੁਣ ਦੇਖੋ ਨਿਆਣੇ ਚ ਹੈਨਾ ਤੇ ਇਸ ਕਰਕੇ ਇਨਸਾਨ 'ਚ ਗੁਣ ਹੋਣੇ ਚਾਹੀਦੇ ਆ ਤੇ ਜੇ ਛੋਟੀ ਭੈਣ ਇਸੇ ਕਰਕੇ ਹੀ ਕਹਿੰਦੀ ਹੈ ਵੀ ਉਹ ਰੰਗ ਸੋਹਣਾ ਤੂੰ ਰੰਗਾਂ ਚੋਂ ਕੀ ਲੈਣਾ ਤੂੰ ਗੁਣ ਵੱਧ ਪੈਦਾ ਕਰ ਆਪਣੇ 'ਚ ਗੁਣ ਗੁਣਾਂ ਦਾ ਪੈਣਾ ਠੀਕ ਨੀ ਇਨਸਾਨ 'ਚ ਗੁਣ ਗੁਣ ਹੋਣੇ ਚਾਹੀਦੇ ਆ ਰੰਗ ਰੰਗ ਤਾਂ ਪਰਮਾਤਮਾ ਦੇ ਦੋ ਹੀ ਬਣਾਏ ਹੈਗੇ ਆ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਦੇਣ ਦਾ ਆਪਾਂ ਥੋੜ੍ਹਾ ਆਪਣੇ ਬਸ ਥੋੜੀ ਆ ਸਹੀ ਹੈ ਬਿਲਕੁਲ ਜਿਵੇਂ ਪੰਜੇ ਉਂਗਲਾਂ ਬਰਾਬਰ ਨਹੀਂ ਪੰਜੇ ਭੈਣ ਭਰਾ ਬਰਾਬਰ ਨਹੀਂ ਹੋ ਸਕਦੇ ਫਰਕ ਹੁੰਦਾ ਹੀ ਆ ਥੋੜਾ ਬਹੁਤ ਹੈ ਨੀ ਜੀ 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 ਤੇ ਇਸ ਕਰਕੇ ਤਾਂ ਸੋਸਾਇਟੀ ਵੀ ਅੱਜ ਕੱਲ ਸਾਡੀ ਪਤਾ ਨੀ ਕੀ ਮੈਂ ਕਵਾਂ ਇਹਨਾਂ ਨੂੰ ਅਸੀਂ ਤਾਂ ਗੁਣ ਦੇਖਦੇ ਸੀ ਨਿਆਣਿਆਂ 'ਚ ਬੱਚਿਆਂ 'ਚ ਗੁਣ ਦੇਖ ਕੇ ਅਸੀਂ ਉਹਦਾ ਮੁੱਲ ਪਾਉਂਦੇ ਸੀ ਬਿਲਕੁਲ ਹਾਂਜੀ ਥੈਂਕ ਯੂ ਸੋ ਮਚ ਗਿਆਨ ਸਿੰਘ ਜੀ ਸੌਰੀ ਬਟ ਓਈ ਕਿ ਜਿਸ ਤਰ੍ਹਾਂ ਇਹ ਰਿਸ਼ਤਿਆਂ ਦੀ ਗੱਲ ਕਰ ਰਹੇ ਹਾਂ ਇੱਥੇ ਸਿਰਫ ਰਿਸ਼ਤੇ ਹੋਣ ਦੀ ਗੱਲ ਡੈਫੀਨੇਟਲੀ ਇਸ ਵੇਲੇ ਉਹਨਾਂ ਨੂੰ ਕਿਉਂ ਸਵਾਲ ਕੀਤਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਰਿਸ਼ਤੇ ਦੇ ਟਾਈਮ ਆਇਆ ਹੋਇਆ ਔਰ ਉਹ ਰਿਜੈਂਟਫੁਲ ਮੇਰੇ ਨਾਲ ਹੈ ਅਤੇ ਇਹ ਨਾ ਹੋਏ ਕਿ ਉਹ ਐਕਸਪੈਂਡ ਕਰ ਜਾਏ ਉਹ ਬਿਟਰਨੈਸ ਔਰ ਰਿਜੈਂਟਫੁਲਨੈਸ ਸੋ ਉਹਨੂੰ ਲੱਗਦਾ ਕਿ ਇੱਕ ਟਾਈਮ 'ਤੇ ਉਹ ਸੈਟਲ ਡਾਊਨ ਹੋ ਜਾਏਗੀ ਸ਼ਾਇਦ ਜੋ ਮੇਰੇ ਨਾਲ ਉਹਨੂੰ ਗੁੱਸਾ ਹੈਗਾ ਜੋ ਉਹ ਹੈ ਉਹ ਬੈਟਰ ਹੋਏਗਾ ਤਾਂ ਉਹ ਓਵਰਆਲ ਬੈਟਰ ਹੋ ਜਾਏਗੀ ਐਟੀਟਿਊਡ ਜਾਂ ਯੂ ਨੋ ਔਰ ਗਿਆਨ ਸਿੰਘ ਜੀ ਦੀ ਗੱਲ ਵੀ ਜ਼ਰੂਰ ਇਸ ਵੱਲ ਧਿਆਨ ਦਵਾ ਰਹੀ ਹੈ ਕਿ ਵਾਕਈ ਰਿਸ਼ਤੇ ਵੀ ਅੱਜ ਕੱਲ੍ਹ ਸਿੱਧਾ ਪਹਿਲੇ ਸੋਸ਼ਲ ਮੀਡੀਆ ਤੋਂ ਤੁਸੀਂ ਫਰੈਂਡਸ ਬਣਾਉਂਦੇ ਹੋ ਸਿਰਫ ਪਹਿਲੇ ਫੋਟੋ ਦੇਖਦੇ ਹੋ ਔਰ ਫਿਰ ਅੱਗੇ ਗੱਲ ਕਰਦੇ ਹੋ ਤਾਂ ਉਹ ਵੀ ਕਿੰਨਾ ਕੁ ਉਹਦੇ 'ਚ ਦਮ ਹੈ ਨਾ ਫੋਟੋ ਕਿਸੇ ਦੀ ਹੋਏਗੀ ਉਹ ਬੰਦਾ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਸੋ ਫਿਜ਼ੀਕਲ ਅਪੀਅਰੈਂਸ ਨੂੰ ਇੰਨੀ ਇੰਪੋਰਟੈਂਟ ਸੋਸਾਇਟੀ ਦਿੰਦੀ ਹੈ ਇੱਕ ਅੱਛਾ ਮੌਕਾ ਦਿੱਤਾ ਇਹਨਾਂ ਨੇ ਸਾਨੂੰ ਸੋਚਣ ਦੇ ਯੂ ਨੋ ਇੱਕ ਇੱਕ ਤਰ੍ਹਾਂ ਨਾਲ ਰਿਫਲੈਕਟ ਕਰਨ ਨੂੰ ਐਜ਼ ਅ ਗਰੁੱਪ ਐਜ਼ ਅ ਸੁਸਾਇਟੀ ਕਿ ਵਾਕਈ ਇੰਨਾ ਜ਼ਰੂਰੀ ਹੈ ਨੋਟ ਓਨਲੀ ਕਿ ਰਿਸ਼ਤੇ ਕਰਨ ਪਰ ਬਚਪਨ ਤੋਂ ਬਿਲਕੁਲ ਛੋਟੇ ਹੁੰਦੇ ਤੋਂ ਜਦੋਂ ਬਲੂ ਪ੍ਰਿੰਟਸ ਬਣ ਰਹੇ ਹੈ ਦਿਮਾਗ ਦੇ ਵਿੱਚ ਬੱਚਿਆਂ ਦੇ ਸਭ ਦੇ ਇੱਕ ਸੈਲਫ ਕੌਨਫੀਡੈਂਸ ਇੱਕ ਸੈਲਫ ਅਸਟੀਮ ਜਦੋਂ ਬਣ ਰਹੀ ਹੈ ਤਾਂ ਤੋਂ ਅਸੀਂ ਇੱਕ ਤਰ੍ਹਾਂ ਨਾਲ ਕਿਸੇ ਨੂੰ ਕੁਛ ਕਹਿੰਦੇ ਹਾਂ ਯੂ ਨੋ ਉਹਦੇ ਨਾਲ ਉਹ ਮਜ਼ਬੂਰ ਹੋ ਜਾਂਦਾ ਮੇਰੀ ਇੱਕ ਮੈਨੂੰ ਯਾਦ ਹੈ ਕਿ ਫਰੈਂਡ ਸੀਗੀ ਜਿਹੜੀ ਕਿ ਬੜੀ ਸਮਾਰਟ ਬਟ ਸੋਹਣੀ ਸੀ ਅਗਰ ਉਹਨੂੰ ਇਕੱਲੀ ਦੇਖੋ ਬੜੀ ਸੋਹਣੀ ਬੜੀ ਚਾਰਮਿੰਗ ਪਰ ਉਹਦੀ ਭੈਣ ਬਹੁਤ ਗੋਰੀ ਔਰ ਯੂ ਨੋ ਦੁਨਿਆਵੀ ਤੌਰ 'ਤੇ ਜਿਹਨੂੰ ਸੋਹਣਾ ਕਹਿੰਦੇ ਹੈ ਉਹ ਸੀ ਸੋ ਮੇਰੇ ਸਾਹਮਣੇ ਹੋਇਆ ਕਿ ਕਿਸੇ ਨੇ ਗੱਲ ਕੀਤੀ ਔਰ ਟੀਚਰਸ ਖੜ੍ਹੇ ਸੀ ਮਦਰ ਖੜ੍ਹੀ ਸੀ ਐਂਡ ਸ਼ੀ ਸੈਡ ਸੰਬੜੀ ਸੈਡ ਓ ਸ਼ੀ ਇਜ਼ ਦ ਪ੍ਰਟੀ ਵਨ ਐਂਡ ਉਹਨਾਂ ਦੇ ਮੰਮਾ ਕਹਿੰਦੇ ਕਿ ਨੋ ਬਟ ਸ਼ੀ ਜਿਹੜੀ ਥੋੜ੍ਹੀ ਮੇਰੀ ਫਰੈਂਡ ਡਾਕਰ ਸੀ ਉਹਨੂੰ ਕਹਿੰਦੇ ਸ਼ੀ ਇਜ਼ ਦ ਇੰਟੈਲੀਜੈਂਟ ਵਨ
ਮੈਨੂੰ ਲੱਗਦਾ ਹੈ ਕਿ ਉਹ ਆਪਣੀ ਵੱਲੋਂ ਬੈਸਟ ਕੀਤਾ ਉਹਨਾਂ ਨੇ ਮਦਰ ਹੋਣ ਦੇ ਨਾਤੇ, ਕਿ ਤਾਂ ਕਿ ਉਹਨੂੰ ਬੁਰਾ ਨਾ ਲੱਗੇ ਕਿ ਮੈਂ ਪ੍ਰਿਟੀ ਨਹੀਂ ਹਾਂ। ਪਰ ਉਹ ਵੀ ਕਿਉਂ ਮਜਬੂਰੀ ਹੋਏ ਮਾਂ ਨੂੰ ਐਕਸਪਲੇਨ ਕਰਨ ਦੀ ਕਿ ਬਈ ਇਹ ਪ੍ਰਿਟੀ ਹੈ, ਇਹ ਸਮਾਰਟ ਹੈ। ਪ੍ਰਿਟੀ ਵਾਲੀ ਵੀ ਜਿਵੇਂ ਗਿਆਨ ਸਿੰਘ ਨੇ ਵੀ ਚੱਟਣਾ, ਉਹ ਵੀ ਸਾਨੂੰ ਨਹੀਂ ਚਾਹੀਦਾ ਕਿ ਹਾਂ ਅਸੀਂ ਸੋਚ ਹੀ ਲਈ ਕਿ ਜਿਹੜਾ ਸੋਹਣਾ ਉਹ ਤਾਂ ਡੰਮ ਹੋਏਗਾ, ਉਹ ਇੰਟੈਲੀਜੈਂਟ ਨਹੀਂ ਹੋਏਗਾ। ਐਸਾ ਕੁਛ ਨਹੀਂ ਹੈ, ਕੋਈ ਸਾਇੰਸ, ਕੋਈ ਰਿਸਰਚ ਨਹੀਂ ਦੱਸਦੀ ਕਿ ਜਿਹੜਾ ਗੋਰਾ ਆ ਜਾਂ ਜੋ ਬਹੁਤ ਸੋਹਣਾ ਹੈ ਉਹ ਦਿਮਾਗ ਦਾ ਘੱਟ ਹੋਏਗਾ, ਜਾਂ ਜਿਹੜਾ ਬਹੁਤ ਸੋਹਣਾ ਨਹੀਂ ਹੈ ਉਹ ਦਿਮਾਗ ਦਾ। ਇਹ ਵੀ ਜਿਹੜੀਆਂ ਧਾਰਨਾਵਾਂ ਹੈ, ਜਿਹੜੀਆਂ ਮਿਥਸ ਹੈ, ਉਹ ਸਾਡੀਆਂ ਆਪਣੀਆਂ ਬਣਾਈਆਂ ਹੋਈਆਂ ਜਾਂ ਕਿਸੇ ਨੇ ਆਪਣੇ ਡਿਫੈਂਸ ਮਕੈਨਿਜ਼ਮ 'ਚ ਕ੍ਰੀਏਟ ਕੀਤੀਆਂ, ਔਰ ਅਸੀਂ ਉਹਨੂੰ ਮੰਨਣ ਲੱਗ ਗਏ। ਇਹ ਸਾਰਿਆਂ 'ਚੋਂ ਸਾਨੂੰ ਉੱਪਰ ਉੱਠਣਾ ਪਏਗਾ। ਇਹ ਬੜੀ ਅੱਛੀ ਇੱਕ ਤਰ੍ਹਾਂ ਨਾਲ ਰਿਮਾਈਂਡਰ ਹੈ ਸਾਡੀ ਸੁਸਾਇਟੀ ਵਾਸਤੇ ਕਿ ਯੂ ਨੋ ਵੀ ਹੈਵ ਟੂ ਗਰੋ ਓਵਰ ਦਿਸ ਫਿਜ਼ੀਕਲ ਅਪੀਅਰੈਂਸ ਐਂਡ ਦੈਨ ਰਿਲੇਟਿੰਗ ਕੰਪੈਰੀਜ਼ਨ ਦੋ ਬੱਚਿਆਂ ਦਾ ਡੈਫੀਨੇਟਲੀ। ਔਰ ਹੁਣ ਦੇ ਕੇਸ ਵਾਸਤੇ ਜਿਵੇਂ ਪਹਿਲੇ ਉਹਨਾਂ ਨੇ ਕਿਹਾ, ਹਰਮਿੰਦਰ ਜੀ ਨੇ ਜਿਸ ਤਰ੍ਹਾਂ ਕਿਹਾ, ਗੁਰਦੀਪ ਜੀ ਨੇ ਕਿਹਾ ਕਿ ਬਹੁਤ ਅੱਛੀ ਤਰ੍ਹਾਂ ਤੁਸੀਂ ਇਹ ਕੰਮ ਕਰ ਸਕਦੇ ਹੋ, ਤੁਸੀਂ ਉਹਦੀ ਜੈਨੂਅਨਲੀ ਉਹਦੇ ਲਾਈਫ ਨੂੰ ਬਿਹਤਰ ਕਰਨ ਦੇ ਵਾਸਤੇ ਕੀ ਕਰੋਗੇ, ਉਹਦੇ ਇੰਟਰਸਟ ਕੀ ਹੈ, ਉਹਨੂੰ ਕੀ ਅੱਛਾ ਲੱਗਦਾ, ਉਹ ਕਿਸ ਵਿੱਚ ਉਹਨੂੰ ਖੁਸ਼ੀ ਮਿਲਦੀ ਹੈ, ਐਂਡ ਦੈਨ ਲੋਟ ਆਫ ਜੈਨੂਅਨ ਐਪਰੀਸੀਏਸ਼ਨ। ਕਿੰਨੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਕਿ ਉਹ ਬਹੁਤ ਬੈਟਰ ਕਰਦੀ ਹੈ, ਅਤੇ ਤੁਸੀਂ ਬੜੇ ਆਰਾਮ ਨਾਲ। ਐਂਡ ਇੱਕ ਹੋਰ ਇਹ ਹੈ ਕਿ ਸਪੋਰਟ ਮੰਗਣੀ, ਅਗਰ ਡਿਸਟੈਂਸ ਕਿਸੇ ਨਾਲ ਬੈਟਰ ਕਰਨਾ ਹੁੰਦਾ ਰਿਲੇਸ਼ਨਸ਼ਿਪ 'ਚ, ਤਾਂ ਡੈਫੀਨੇਟਲੀ ਅਗਰ ਤੁਸੀਂ ਉਹਨੂੰ ਕਹੋ ਕਿ ਮੈਂ ਤੇਰੇ 'ਤੇ ਨਿਰਭਰ ਕਰ ਰਹੀ ਹਾਂ ਇਸ ਚੀਜ਼ 'ਤੇ, ਆਈ ਐਮ ਕਾਊਂਟਿੰਗ ਔਨ ਯੂ ਕਿਉਂਕਿ ਯੂ ਕੈਨ ਡੂ ਬੈਟਰ ਦੈਨ ਮੀ, ਆਈ ਐਮ ਸ਼ੋਰ ਕਈ ਚੀਜ਼ਾਂ ਹੋਣਗੀਆਂ ਇਹੋ ਜਿਹੀਆਂ ਕਿ ਯੂ ਨੋ ਉਹਦੇ ਨਾਲ ਉਹਦਾ ਵੀ ਸੈਲਫ ਕੋਨਫੀਡੈਂਸ ਵਧੇਗਾ ਔਰ ਤੁਹਾਡਾ ਜਿਹੜਾ ਇਹ ਰਿਸ਼ਤਾ ਹੈ ਉਹ ਵੀ ਬੈਟਰ ਹੋਏਗਾ। ਐਂਡ ਦੂਸਰਾ ਇੱਕ ਹੁੰਦਾ ਹੈ ਕਿ ਆਪਣਾ ਰਾਜ਼ਦਾਰ ਬਣਾਉਣਾ ਉਹਨੂੰ, ਜਿਸ ਤਰ੍ਹਾਂ ਤੁਹਾਨੂੰ ਫੀਲ ਹੁੰਦਾ ਹੈ ਕਿਸੇ ਵੇਲੇ, ਜਿਸ ਤਰ੍ਹਾਂ ਜਸਪ੍ਰੀਤ ਨੇ ਗੱਲ ਸ਼ੁਰੂ ਕੀਤੀ ਸੀ ਕਿ ਬੈਠ ਕੇ ਜਦੋਂ ਗੱਲ ਕਰਨੀ ਹੈ ਨਾ ਤੁਹਾਨੂੰ ਲੱਗਦਾ ਤੁਹਾਡੀ ਸਿਚੁਏਸ਼ਨ ਐਸੀ ਰਹੀ ਕਿ ਟਾਈਮ ਹੀ ਨਹੀਂ ਮਿਲਿਆ, ਬਟ ਉਹਦੇ ਨਾਲ ਬੈਠ ਕੇ ਕਈ ਵਾਰੀ ਕਿ ਹਾਏ ਦਿਸ ਇਜ਼ ਆਲ ਵਾਟ ਹੈਪਨ ਟੂ ਮੀ ਐਂਡ ਆਈ ਵਾਜ਼ ਗੋਇੰਗ ਥਰੂ ਦਿਸ, ਵੀ ਮੈਨੂੰ ਇਹ ਸਭ ਕੁਝ ਹੋ ਰਿਹਾ ਸੀ ਐਂਡ ਆਈ ਵਾਜ਼ ਗੋਇੰਗ ਥਰੂ ਆਲ ਦਿਸ, ਕਿ ਮੈਂ ਮਨ 'ਚ ਇੰਨੀ ਇਕੱਲੀ ਫੀਲ ਕਰ ਰਹੀ ਸੀ, ਆਈ ਵਿਸ਼ ਉਸ ਵੇਲੇ ਮੈਂ ਤੇਰੇ ਵੱਲ ਵੀ ਉਨਾ ਧਿਆਨ ਕਰਦੀ। ਸੋ ਐਕਸੈਪਟ ਇਟ, ਯੂ ਨੋ ਜਦੋਂ ਤੁਸੀਂ ਆਪਣੀ ਵੱਲ ਗੱਲ ਐਕਸੈਪਟ ਕਰੋਗੇ ਤਾਂ ਉਹ ਵੀ ਉਹਨੂੰ ਚਾਂਸ ਮਿਲੇਗਾ ਤੁਹਾਡੇ ਨਾਲ ਖੁੱਲ੍ਹਣ ਦਾ ਕਿ ਇਸ ਪੀਰੀਅਡ 'ਚ ਮੈਂ ਕੀ ਕਰ ਰਹੀ ਸੀ, ਮੈਂ ਵੀ ਇਕੱਲੀ ਸੀ, ਕਿਉਂਕਿ ਮੇਰੇ ਮਾਂ ਪਿਓ ਸ਼ਾਇਦ ਉਹ ਇਹੀ ਕਵੇ ਕਿ ਕਿਉਂਕਿ ਉਹ ਤੇਰੇ ਵੱਲ ਫੋਕਸ ਕਰ ਰਹੇ ਸੀ, ਮੈਨੂੰ ਵੀ ਕਿਸੇ ਨੇ ਨਹੀਂ ਪੁੱਛਿਆ, ਐਂਡ ਦੈਟ ਵਿਲ ਬ੍ਰਿੰਗ ਬੋਥ ਆਫ ਯੂ ਟੂਗੈਦਰ। ਸੋ ਆਲ ਦਾ ਵੈਰੀ ਬੈਸਟ, ਭੈਣਾਂ ਦਾ ਸਾਥ ਇੱਕ ਤਰ੍ਹਾਂ ਦਾ ਬਹੁਤ ਡੂੰਘਾ ਹੋ ਸਕਦਾ, ਸੋ ਕੋਸ਼ਿਸ਼ ਕਰੋ, ਯੂ ਵਿਲ ਹੈਵ ਅ ਲੌਂਗ ਲਾਸਟਿੰਗ ਫਰੈਂਡ ਇਨ ਹਰ। ਥੈਂਕ ਯੂ ਸੋ ਮਚ, ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।